ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨਿਰਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 14 ਦਸੰਬਰ 2020 ਪਹਿਲੀ ਪੋਹ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸ ਦਈਏ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਮ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ, ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰਾਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜਿੱਦਾਂ ਕਿ ਇਹ 2.5 ਮਹੀਨੇ ਤੋਂ ਜਿਹੜਾ ਕਿਸਾਨਾਂ ਦਾ ਮੁੱਦਾ ਚੱਲ ਰਿਹਾ, ਕਿਸਾਨ ਅੰਦੋਲਨ ਚੱਲ ਰਿਹਾ ਦਿੱਲੀ ਦੇ ਵਿੱਚ, ਜੋ ਕਿਸਾਨਾਂ ਨੇ ਧਰਨੇ ਲਗਾਏ ਹੋਏ ਨੇ, ਜਿਹੜੇ ਮੋਦੀ ਸਰਕਾਰ ਜਿਹੜੇ ਉਹਨਾਂ ਨੇ 3 ਬਿੱਲ ਜਿਹੜੇ ਪਾਸ ਕੀਤੇ ਨੇ ਉਸਦੇ ਖਿਲਾਫ, ਖੇਤੀਬਾੜੀ ਦੇ ਜਿਹੜੇ 3 ਬਿੱਲ ਨੇ ਉਸਦੇ ਖਿਲਾਫ ਜਿਹੜੇ ਧਰਨੇ ਲਾਏ ਹੋਏ ਨੇ, ਉਸ ਨੇ ਜਿਹੜੀਆਂ ਜਿਹੜੀਆਂ ਸਾਰੇ ਸੰਸਾਰ ਦੀਆਂ ਜਿਹੜੀਆਂ ਅੱਖਾਂ ਨੇ ਉਹ ਦਿੱਲੀ ਦੇ ਉੱਪਰ ਟਿਕਾ ਦਿੱਤੀਆਂ ਨੇ। ਔਰ ਕਿਸਾਨਾਂ ਦੀ ਸਪੋਰਟ ਦੇ ਵਿੱਚ ਸਾਰੀ ਦੁਨੀਆ ਭਰ ਦੇ ਜਿਹੜੇ ਸਿੱਖ ਨੇ ਜਾਂ ਨੌਨ ਸਿੱਖ ਨੇ ਉਹ ਉਹਨਾਂ ਦੇ ਨਾਲ ਖੜੇ ਨੇ, ਰੈਲੀਆਂ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ ਕਿ ਇਹ ਬਿੱਲ ਜਿਹੜੇ ਨੇ ਉਹ ਵਾਪਸ ਲਏ ਜਾਣ। ਸੋ ਖਾਸ ਤੌਰ 'ਤੇ ਆਪਾਂ ਜਿਸ ਤਰ੍ਹਾਂ ਕਿ ਡਾਕਟਰ ਸਾਹਿਬ ਨੇ 2 ਮਿੰਟ ਦਾ ਜੋ ਸੁਨੇਹਾ ਦਿੱਤਾ ਸੀ ਪਾਕਿਸਤਾਨ ਦੀ ਆਵਾਮ ਨੂੰ, ਉੱਥੋਂ ਦੀ ਹਕੂਮਤ ਨੂੰ, ਉੱਥੋਂ ਦੇ ਮੀਡੀਏ ਨੂੰ, ਉਸ ਨੇ ਉਹਨਾਂ ਨੂੰ ਕੁੰਭਕਰਨੀ ਜਿਹੜੀ ਉਹ ਨੀਂਦ ਸੁੱਤੇ ਹੋਏ ਸੀ ਇਸ ਮੁੱਦੇ ਦੇ ਉੱਪਰ ਉਹ ਵੱਧ ਚੜ੍ਹ ਕੇ ਅੱਗੇ ਆਏ ਨੇ। ਅਸੀਂ ਉਹਨਾਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਦੇ ਨਾਲ ਰਿਲੇਟਡ ਡਾਕਟਰ ਸਾਹਿਬ ਬੜੇ ਹੀ ਬਿਜ਼ੀ ਨੇ ਇਸ ਮਾਮਲੇ ਦੇ ਵਿੱਚ, ਇਸ ਮੁੱਦੇ ਦੇ ਵਿੱਚ, ਕਿਉਂਕਿ ਉਹ ਦਿਨ ਰਾਤ ਉਹਨਾਂ ਨੂੰ ਆਪਣੀਆਂ ਜਿਹੜੀਆਂ ਕਹਿ ਲਓ ਕਿ ਇੰਟਰਵਿਊ ਦੇ ਰਹੇ ਨੇ ਇਸ ਮੁੱਦੇ ਦੇ ਉੱਪਰ। ਇਸ ਦੇ ਬਾਬਤ ਵੀ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰਾਂਗੇ, ਪਰ ਉਸ ਦੇ ਨਾਲ ਜਿਹੜਾ ਮੇਨ ਇਸ਼ੂ ਹੈ ਕਿਸਾਨ ਮੁੱਦਾ, ਉਸ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ। ਉਹ ਪਹਿਲਾਂ ਆਪਣਾ ਮੇਨ ਇਸ਼ੂ ਹੋਏਗਾ ਪਹਿਲੇ ਸੈਗਮੈਂਟ ਦੇ ਵਿੱਚ ਕਿ ਕਿਸਾਨ ਮੋਰਚੇ ਤੋਂ ਇੱਕ ਪਾਸੇ ਕਿਸਾਨ ਭੈਣ ਭਰਾਵਾਂ ਦੀ ਜਿਹੜੀ ਚੜ੍ਹਦੀ ਕਲਾ ਦੀਆਂ ਸਾਨੂੰ ਉਹ ਖਬਰਾਂ ਮਿਲ ਰਹੀਆਂ ਨੇ, ਪਰ ਦੂਸਰੇ ਪਾਸੇ ਲੀਡਰਸ਼ਿਪ ਲੈਵਲ 'ਤੇ ਕਾਫੀ ਖਿੱਚ ਤੂੰ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ, ਜਦੋਂ ਕਿ ਸਿੱਖ ਕਿਰਸਾਨੀ ਨੇ ਮੋਦੀ ਸਰਕਾਰ ਦੀ ਜਿਹੜੀ ਨੀਂਦ ਹੈ ਉਸ ਨੂੰ ਹਰਾਮ ਕੀਤਾ ਹੋਇਆ ਹੈ। ਉੱਥੇ ਕਿਤੇ ਇਹ ਨਾ ਹੋਵੇ ਕਿ ਸ਼ਾਹ ਮੁਹੰਮਦ ਦੀ ਇਹ ਤੁੱਕ ਫਿਰ ਠੀਕ ਸਾਬਤ ਹੋਵੇ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ। ਸੋ ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲੋਂ ਤੋਂ ਪੁੱਛੀਏ, ਜਿਹੜੇ ਉਹਨਾਂ ਜਿਹੜੇ ਉਹ ਪਾਕਿਸਤਾਨ ਦੇ ਜਿਹੜੇ ਮੀਡੀਆ ਨੂੰ ਆਪਣੀ ਜਿਹੜੀਆਂ ਇੰਟਰਵਿਊਜ਼ ਦੇ ਰਹੇ ਨੇ ਉਸ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਔਰ ਨਾਲ ਨਾਲ ਜਿਹੜੇ ਵੀਕਐਂਡ ਦੇ ਜਿਹੜੇ ਇਸ਼ੂ ਨੇ ਉਹ ਮੇਨ ਜਿਹੜੇ ਇਸ਼ੂ ਨੇ ਜਾਂ ਖਬਰਾਂ ਨੇ ਉਹਨਾਂ ਬਾਰੇ ਵੀ ਆਪਾਂ ਡਾਕਟਰ ਸਕੂਲਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਇਸ ਤਰ੍ਹਾਂ ਲੱਗਦਾ ਕਿ ਤੁਸੀਂ ਪਾਕਿਸਤਾਨ ਵਿੱਚ ਚਲੇ ਗਏ, ਅਮਰੀਕਾ ਨੂੰ ਛੱਡ ਕੇ ਜਿਸ ਤਰ੍ਹਾਂ ਤੁਸੀਂ ਇੰਟਰਵਿਊ ਤੜਾ ਤੜ ਤੜਾ ਤੜ ਤੁਸੀਂ ਪਾਕਿਸਤਾਨ ਦੇ ਜਿਹੜੇ ਮੀਡੀਆ ਨੂੰ ਇੰਟਰਵਿਊ ਦੇ ਰਹੇ ਹੋ, ਇਸ ਤਰ੍ਹਾਂ ਲੱਗ ਰਿਹਾ ਕਿ ਤੁਸੀਂ ਪਾਕਿਸਤਾਨ ਦੇ ਵਿੱਚ ਬੈਠੇ ਹੋਏ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਤੁਸੀਂ ਅੱਜ ਬੜੀ ਚੜ੍ਹਦੀ ਕਲਾ 'ਚ ਵੀ ਜਿਹੜੀ ਹੈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਥੈਂਕ ਯੂ ਡਾਕਟਰ ਸਾਹਿਬ, ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਕਿਰਸਾਨੀ ਲੀਡਰਸ਼ਿਪ ਨੂੰ ਲੈ ਕੇ ਜੋ ਚੱਲ ਰਿਹਾ ਉਸ ਬਾਰੇ ਫਿਕਰ ਦਾ ਇਜ਼ਹਾਰ ਵੀ ਕੀਤਾ। ਜੀ, ਵੈਸੇ ਇਸ 'ਚ ਕੋਈ ਸ਼ੱਕ ਨਹੀਂ ਹੈ। ਹੁਣ ਤੁਸੀਂ ਅੱਜ ਦੇਖਿਆ ਹੋਏਗਾ ਕਿ ਮੈਂ ਫਤਿਹ ਔਰ ਅਸਲਾਮ ਅਲੈਕਮ ਇਕੱਠੇ ਕੀਤਾ ਹੈ। ਉਹਦਾ ਕਾਰਨ ਹੈ, ਸਾਡੇ ਇੱਕ ਪਾਕਿਸਤਾਨੀ ਵੀਰ ਨੇ ਕਿਹਾ ਕਿ ਜੀ ਤੁਸੀਂ ਜਦੋਂ ਤਾਂ ਫਤਿਹ ਬੁਲਾਉਣ ਲੱਗਦੇ ਹੋ ਉਦੋਂ ਤੋਂ ਕਹਿੰਦੇ ਹੋ ਪਿਆਰੇ, ਸੋਹਣੇ, ਸੁਨੱਖੇ, ਸਿਆਣੇ, ਤੇ ਕਹਿੰਦੇ ਸਾਡੀ ਵਾਰੀ ਆਉਣ ਤੱਕ ਪਿਆਰੇ ਕਹਿ ਦਿੰਦੇ ਹੋ, ਕੱਲਾ ਅਸੀਂ ਸੋਹਣੇ ਸੁਨੱਖੇ ਨਹੀਂ। ਸੋ ਮੈਂ ਕਿਹਾ ਜੀ ਹੁਣ ਅਸੀਂ ਦੋਨੋਂ ਹੀ
ਜਿਹੜਾ ਹੈ ਉਹ ਇੱਕ ਥਾਂ ਤੇ ਆ ਕੇ ਖੜੇ ਹੋ ਗਏ, ਇੱਕ ਥਾਂ ਤੇ ਇਕੱਠੇ, ਤੇ ਮੈਂ ਕਿਹਾ ਜੀ ਹੁਣ ਫਤਿਹ ਔਰ ਸਲਾਮ ਇਕੱਠੇ ਹੀ ਹੋਏਗੀ। ਸੋ ਪਹਿਲਾਂ ਤਾਂ ਇਹ ਇਹਦੀ ਐਕਸਪਲੇਨੇਸ਼ਨ ਹੈ। ਦੂਸਰਾ, ਮੈਂ ਪਾਕਿਸਤਾਨ ਨਹੀਂ ਗਿਆ, ਪਾਕਿਸਤਾਨ ਸਾਰਾ ਮੇਰੇ ਦਿਲ 'ਚ ਆ ਗਿਆ। ਔਰ ਜਿਸ ਕਦਰ ਸਾਡੇ ਆਮ ਆਵਾਮ ਮੀਡੀਆ ਉਹਨਾਂ ਨੇ ਇਹਨਾਂ 4-5 ਦਿਨਾਂ ਦੇ ਵਿੱਚ ਜਿਹਨੂੰ ਕਹਿੰਦੇ ਨੇ ਹੇਠਲੀ ਉੱਤੇ ਲਿਆ ਦੇਣਾ, ਜਿਸ ਕਦਰ ਰਿਸਪੋਂਡ ਕੀਤਾ, ਮੈਂ ਸਮਝਦਾ ਕਿ ਵੀ ਲਫ਼ਜ਼ ਭਾਵੇਂ ਤੁਸੀਂ ਕੁੰਭਕਰਨ ਵਾਲੀ ਨੀਂਦ ਕਿਹਾ, ਸ਼ਾਇਦ ਸਾਡੇ ਬਹੁਤ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਨਾ ਪਤਾ ਹੋਵੇ ਕਿ ਕੁੰਭਕਰਨੀ ਨੀਂਦ ਕੀ ਹੈ। ਉਹ ਜਿਹੜਾ ਰਾਵਣ ਦਾ ਭਰਾ ਸੀ ਕੁੰਭਕਰਨ ਵੀ, ਔਰ ਉਹਦੇ ਬਾਰੇ ਕਿਹਾ ਜਾਂਦਾ ਕਿ ਵੀ ਉਹ 6 ਮਹੀਨੇ ਸੁੱਤਾ ਰਹਿੰਦਾ ਸੀ ਫਿਰ ਜਾਗਦਾ ਸੀ, ਤੇ ਜੇ ਉਹਨੂੰ ਜਗਾਉਣਾ ਵੀ ਹੋਏ ਤਾਂ ਉਹਦੇ ਕੰਨਾਂ 'ਚ ਵੜ ਕੇ ਢੋਲ ਵਜਾਉਣਾ ਪੈਂਦਾ ਸੀ। ਪਰ ਮੈਂ ਇੰਨਾ ਕਹਿਣਾ ਚਾਹੁੰਦਾ ਵੀ ਸਾਨੂੰ ਕੰਨਾਂ 'ਚ ਵੜ ਕੇ ਨਹੀਂ ਢੋਲ ਵਜਾਉਣਾ ਪਿਆ, ਅਸੀਂ ਅਜੇ ਢੋਲ 'ਤੇ ਡਗਾ ਹੀ ਲਾਇਆ ਸੀ, ਅਤੇ ਸਾਡੇ ਪਾਕਿਸਤਾਨੀ ਭੈਣ ਭਰਾ ਜਿਹੜੇ ਨੇ ਉਹ ਜੰਪ ਕਰ ਗਏ ਪਿੜ ਦੇ ਵਿੱਚ ਕਿ ਵੀ ਅਸੀਂ ਨਾਲ ਖੜੇ। ਔਰ ਇਹ ਸਪੋਰਟ ਤੁਸੀਂ ਜਿੰਨੇ ਹੈਸ਼ਟੈਗ ਦੇਖਦੇ ਹੋ ਸੋਸ਼ਲ ਮੀਡੀਆ 'ਤੇ, ਉਹਨਾਂ ਦੇ ਵਿੱਚ ਵੀ ਜ਼ਾਹਰ ਨੇ, ਔਰ ਉਹਨਾਂ ਦੇ ਮੀਡੀਆ 'ਤੇ ਜਿੰਨੀਆਂ ਪੈਨਲ ਡਿਸਕਸ਼ਨਸ ਨੇ ਉਸ ਦੇ ਵਿੱਚ ਵੀ ਕਿਸਾਨੀ ਮੁੱਦਾ ਮੁੱਖ ਤੌਰ ਦੇ ਉੱਤੇ ਜਿਹੜਾ ਉੱਭਰ ਕੇ ਆਇਆ। ਔਰ ਜਿੰਨਾ ਇਸ ਨਾਚੀਜ਼ ਨੂੰ ਮਾਣ ਲੋਕਾਂ ਨੇ ਔਰ ਈਵਨ ਮੀਡੀਆ ਪਰਸਨੈਲਿਟੀਜ਼ ਵੱਡਿਆਂ ਵੱਡਿਆਂ ਨੇ ਦਿੱਤਾ, ਮੈਨੂੰ ਇੱਕ ਪੂਰਾ ਪ੍ਰੋਗਰਾਮ ਕਰਨਾ ਪਏਗਾ ਇਹ ਦੱਸਣ ਦੇ ਲਈ ਕਿ ਪਿਛਲੇ ਆਲਮੋਸਟ ਸਿੰਸ ਫਰਾਈਡੇ ਹੁਣ ਤੱਕ ਮੈਂ ਕਿੰਨੇ ਇੰਟਰਵਿਊ ਦਿੱਤੇ ਨੇ। ਹਾਲਾਂ ਥੋੜ੍ਹਾ ਓਵਰਬਰਡਨ ਵੀ ਹੋ ਰਿਹਾ ਕਿਉਂਕਿ ਹੁਣ ਬਹੁਤ ਸਾਰੇ ਜਰਨਲਿਸਟ ਜਿਹੜੇ ਅਦਰਵਾਈਜ਼ ਡਿਸਟਿੰਗੁਇਸ਼ ਚੈਨਲਸ ਲਈ ਕੰਮ ਕਰਦੇ ਨੇ, ਉਹਨਾਂ ਨੇ ਯੂਟਿਊਬ ਚੈਨਲ ਵੀ ਆਪਣੇ ਇੰਡੀਵਿਜੁਅਲ ਬਣਾਏ ਹੋਏ ਨੇ, ਉਹ ਵੀ ਇਨਸਿਸਟ ਕਰਦੇ ਨੇ। ਔਰ ਮੈਂ ਮਾਫ਼ੀ ਵੀ ਚਾਹਾਂਗਾ, ਬੇਸ਼ੱਕ ਮੈਂ ਕੋਸ਼ਿਸ਼ ਕੀਤੀ ਹੈ ਜਿੰਨਿਆਂ ਕੁ ਨੂੰ ਮੈਂ ਓਵਰਾਈਜ ਕਰ ਸਕਾਂ, ਕਿਉਂਕਿ ਨਾ ਕਹਿਣਾ ਮੇਰੇ ਸੁਭਾਅ ਦਾ ਹਿੱਸਾ ਨਹੀਂ ਹੈ। ਪਰ ਮੈਂ ਸਮਝਦਾ ਕਿ ਵੀ ਜਦੋਂ ਤੁਸੀਂ ਇੱਕ ਵੱਡੇ ਚੈਲੇਂਜ ਨੂੰ ਲੈ ਰਹੇ ਹੋ, ਵਿਦ ਇਨ ਕਮਿਊਨਿਟੀ ਵੀ ਅਸੀਂ ਦੇਖ ਰਹੇ ਹਾਂ ਕਿ ਪਿੱਛੇ ਨਾਲ ਵੀ ਜੁੜੇ ਹੋਏ ਹਾਂ ਕਿ ਕੀ ਚੱਲ ਰਿਹਾ, ਔਰ ਹੋਰ ਵੀ ਡੇ ਟੂ ਡੇ ਜਿਹੜੇ ਚੈਲੇਂਜਸ ਨੇ। ਸੋ ਮੈਂ ਮਾਫ਼ੀ ਚਾਹਾਂਗਾ ਕਿ ਜੇ ਕੁਛ ਵੀਰ ਜਿਹੜੇ ਇੰਡੀਵਿਜੁਅਲ ਚੈਨਲਸ ਨਾਲ ਜੁੜੇ ਹੋਏ ਯੂਟਿਊਬ ਚੈਨਲ ਨੇ, ਉਹਨਾਂ ਤੱਕ ਮੈਂ ਨਾ ਵਾਪਸ ਪਹੁੰਚ ਕਰ ਸਕਾਂ। ਪਰ ਕੋਈ ਗੱਲ ਨਹੀਂ ਹੈ, ਇਹ ਬਿਗਨਿੰਗ ਹੈ ਇਹ ਸਾਰੇ ਦੀ, ਔਰ ਇਕੱਲਾ ਨਹੀਂ, ਨਾਲੇ ਇਕੱਲਾ ਇਹ ਕਿਸਾਨ ਮੁੱਦੇ ਤੱਕ ਮਹਦੂਦ ਨਹੀਂ ਹੈ, ਇਹ ਤਾਂ ਕਈ ਚੀਜ਼ਾਂ ਵਾਵ ਰੋਲੇ ਵਾਂਗ ਹੁੰਦੀਆਂ ਨੇ। ਇਹ ਸਾਰਾ ਸਡਨਲੀ ਵਾਵ ਰੋਲੇ ਵਾਂਗ ਆਇਆ, ਸ਼ਾਇਦ ਹਕੂਮਤ ਨੂੰ ਵੀ ਇਸ ਗੱਲ ਦਾ, ਭਾਰਤੀ ਹਕੂਮਤ ਨੂੰ ਅਹਿਸਾਸ ਨਹੀਂ ਸੀ ਕਿ ਵੀ ਇਹ ਕੀ ਹੋ ਗਿਆ। ਔਰ ਜਿਵੇਂ ਮੈਂ ਰਿਪੀਟ ਵੀ ਕੀਤਾ ਹੈ, ਸੋਸ਼ਲ ਮੀਡੀਆ ਦੇ ਇਹ ਕਾਮੈਂਟ ਹੈ ਕਿ ਵੀ ਉਹਨਾਂ ਨੂੰ ਤਾਂ ਇਹ ਤਾਂ ਪੜ੍ਹਦੇ ਰਹੇ, ਹਿੰਦੂਤਵੀ ਜਿਹੜਾ ਸਬਕ ਸੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਤਿਆਰੀ ਉਹਦੀ ਕੀਤੀ, ਪਰ ਪੇਪਰ 'ਚ ਸਰਦਾਰ ਆ ਗਿਆ। ਸੋ ਜ਼ਾਹਰ ਹੈ ਕਿ ਵੀ ਇਹ ਸਾਡੇ ਲਈ ਜਿੱਥੇ ਇੱਕ ਮੋਮੈਂਟ ਆਫ ਗਲੋਰੀ ਵੀ ਹੈ, ਉਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਸ ਗੱਲ ਨੂੰ ਪਾਕਿਸਤਾਨ ਦੇ ਬਹੁਤ ਸਾਰੇ ਹਾਇਰ ਅਪਸ ਨੇ ਆਪਣੀਆਂ ਡਿਸਕਸ਼ਨਸ 'ਚ ਇੰਡੀਵਿਜੁਅਲ ਕਾਮੈਂਟਸ 'ਚ ਵੀ ਕਿਹਾ ਕਿ ਵੀ ਵਾਹ, ਇਹ ਹੈ ਜ਼ਿੰਦਾ ਕੌਮਾਂ ਦੀ ਗੱਲ, ਇਹ ਹੈ ਗੈਰਤਮੰਦ ਕੌਮਾਂ ਦੀ ਗੱਲ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸਾਡੀ ਧਰਤੀ ਉਸ ਦਾ ਖਮੀਰ ਹੈ। ਇਹ ਠੀਕ ਹੈ ਸੁੱਤੇ ਰਹਿਣ ਤਾਂ ਸੁੱਤੇ ਹੀ ਰਹਿਣ, ਪਰ ਜੇ ਜਾਗਦੇ ਨੇ ਤਾਂ ਫਿਰ ਦੁਸ਼ਮਣ ਨੂੰ ਸੌਣ ਨਹੀਂ, ਫਿਰ ਦੁਸ਼ਮਣ ਨੂੰ ਸੌਣ ਨਹੀਂ ਦਿੰਦੇ। ਪਰ ਇਸ ਗੱਲ ਦਾ ਵੀ ਜੇ ਜਦੋਂ ਅਸੀਂ ਜੰਗਾਂ ਯੁੱਧਾਂ ਦੀ ਕਹਾਣੀ ਵੀ ਦੇਖਦੇ ਹਾਂ, ਕਦੇ ਕਿਸੇ ਦੇ ਸਿਰ ਦੇ ਦਿਓ ਦੋਸ਼ ਕਦੇ ਕਿਸੇ ਦੇ, ਪਰ ਹੁੰਦਾ ਇਹ ਹੈ ਕਿ ਬਹੁਤ ਵਾਰ ਜਿਹੜੀਆਂ ਕੌਮਾਂ ਜਾਂ ਜਿਹੜੇ ਖਿੱਤੇ ਐਮਰਜੈਂਸੀ ਹੈਂਡਲ ਕਰਨੀ ਜਾਣਦੇ ਨੇ, ਕਿਉਂਕਿ ਪੰਜਾਬ ਜੁਗਰੈਫਿਕਲੀ ਉਸ ਉਹਦਾ ਜੁਗਰਾਫੀਆ ਇਹ ਹੈ ਕਿ ਜਿੰਨੇ ਹਮਲਾਵਰ ਸੀ ਉਹ ਸਾਰੇ ਦਰਾ ਖੈਬਰ ਪਾਰ ਤੋਂ ਆਉਂਦੇ ਸੀ, ਹਜ਼ਾਰਾਂ ਸਾਲਾਂ ਤੋਂ ਇਹ ਸਿਲਸਿਲਾ ਰਿਹਾ, ਅਤੇ ਉਸ ਲਈ ਐਮਰਜੈਂਸੀ ਲਈ ਤਾਂ ਅਸੀਂ ਤਿਆਰ ਰਹੇ ਹਮੇਸ਼ਾ ਹੀ। ਔਰ ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ ਕਿ ਭਾਈ ਜੇ 18ਵੀਂ ਸਦੀ ਤੱਕ ਪਹੁੰਚਦੇ ਹਾਂ, ਇਹ ਬੋਲ ਜਿਹੜੇ ਬਾਬਾ ਬੁੱਲੇ ਸ਼ਾਹ ਦੇ ਨੇ ਔਰ ਪੰਜਾਬ ਦੀਆਂ ਲੋਕ ਬੋਲੀਆਂ 'ਚ ਵੀ ਨੇ ਕਿ ਖਾਧਾ ਪੀਤਾ ਲਾਏਦਾ ਰਹਿੰਦਾ ਅਹਿਮਦ ਸ਼ਾਹਿਦਾ, ਇਹ ਗੱਲ ਇਕੱਲੀ ਚਲੋ ਅਹਿਮਦ ਸ਼ਾਹ ਦਾ ਇੱਕ ਸਿੰਬਲ ਹੈ ਕਿਉਂਕਿ 16-17 ਵਾਰ ਆਇਆ, ਉਸ ਤੋਂ ਪਹਿਲਾਂ ਵੀ ਜਿਹੜਾ ਰਵੱਈਆ ਸੀ ਅਲੈਗਜ਼ੈਂਡਰ ਦੇ ਜ਼ਮਾਨੇ ਤੋਂ ਤੁਸੀਂ ਦੇਖੋ, ਅਤੇ ਉਹਨਾਂ ਕੋਲ ਲੋਕਾਂ ਕੋਲ ਹੈ ਵੀ ਕੀ ਸੀ, ਗੱਲਾਂ ਸੀ ਆਪਣੇ ਖੇਤੀਬਾੜੀ ਦਾ, ਉਹੀ ਜਿਹੜੇ ਹਮਲਾਵਰ ਨੇ ਜਾਂ ਬੌਲਦ ਹੱਕ ਕੇ ਲੈ ਜਾਂਦੇ ਸੀ ਜਾਂ ਕਣਕ ਚੌਲ ਚੁੱਕ ਕੇ ਲੈ ਜਾਂਦੇ ਸੀ ਹੋਰ ਕਿੰਨਿਆਂ ਦੇ ਕੋਲ, ਜਾਂ ਜਦੋਂ ਉਹ ਦਿੱਲੀ ਤੱਕ ਜਾਂ ਬਾਅਦ 'ਚ ਲਾਹੌਰ ਤੱਕ ਪਹੁੰਚਦੇ ਹੋਣਗੇ ਤਾਂ ਜਿਹੜਾ ਉਹਨਾਂ ਦਾ ਅਮੀਰ ਲੋਬੀ ਹੈ, ਜਿਹੜੇ ਉਹਨਾਂ ਦੇ ਦਰਬਾਰੀ ਸੀ, ਉਹਨਾਂ ਦੇ ਗਲ 'ਚ ਅੰਗੂਠਾ ਦੇ ਕੇ ਉਹਨਾਂ ਤੋਂ ਕਢਾ ਲੈਂਦੇ ਸੀ ਕਿੰਨਾ ਕਹਿ, ਜਾਂ ਬਾਦਸ਼ਾਹਾਂ ਦਾ ਜਿਹੜਾ ਤੋਸ਼ਾਖਾਨਾ ਉਹਨੂੰ ਲੁੱਟ ਲੈਂਦਾ ਸੀ। ਆਮ ਲੋਕਾਂ ਦੇ ਕੋਲ ਤਾਂ ਵਿਚਾਰੇ ਉਸ ਕਿਸਮ ਦੀ ਜ਼ਿੰਦਗੀ ਉਹ ਜਿਉਂਦੇ ਸੀ, ਲੇਕਿਨ
ਇਸ ਨੇ ਲੋਕਾਂ ਨੂੰ ਐਮਰਜੈਂਸੀ ਸਿਚੁਏਸ਼ਨ ਲਈ ਤਿਆਰ ਰੱਖਿਆ। ਹੁਣ ਵੀ ਜਿੰਨਾ ਬੈਸਟ ਸਾਡੇ ਉਸ ਖਿੱਤੇ ਦੇ ਲੋਕ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਜਾਣਦੇ ਨੇ, ਈਵਨ ਪਾਕਿਸਤਾਨ ਦੇ ਹਵਾਲੇ ਨਾਲ ਵੀ ਜਦੋਂ ਕੁਛ ਸਾਲ ਪਹਿਲਾਂ ਅਰਥਕੁਏਕ ਆਇਆ ਜਾਂ ਉਸ ਤੋਂ ਪਹਿਲਾਂ ਜਦੋਂ ਭਾਰਤ ਨੇ ਸਡਨ ਫੌਜੀ ਹਮਲਿਆਂ ਰਾਹੀਂ ਜੰਗਾਂ ਭਰਪਾ ਕੀਤੀਆਂ, ਸਾਰਾ ਮੁਲਕ ਇਕੱਠਾ ਹੋਇਆ। ਸਿੱਖਾਂ ਦੇ ਮਾਮਲੇ 'ਚ ਅਸੀਂ ਦੇਖਦੇ ਹਾਂ ਕਿ ਕੋਈ ਵੀ ਸਿਚੁਏਸ਼ਨ, ਜਦੋਂ 1988 ਦੇ ਵਿੱਚ ਇਹਨਾਂ ਨੇ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ, ਆਰਟੀਫਿਸ਼ਲ ਹੜ੍ਹ ਲਿਆਂਦੇ ਗਏ ਪੰਜਾਬ 'ਚ ਔਰ ਸਿਸਟਮ ਸਾਰਾ ਗਾਇਬ ਹੋ ਗਿਆ। ਬੇਸ਼ੱਕ 10,000 ਦੇ ਕਰੀਬ ਲੋਕ ਉਹਦੇ 'ਚ ਡੁੱਬੇ, 1,00,000 ਤੋਂ ਜ਼ਿਆਦਾ ਪਸ਼ੂ ਮਾਰੇ ਗਏ, ਪਰ ਲੋਕ ਇਕਦਮ ਸੰਭਲੇ ਔਰ ਇੱਕ ਦੂਸਰੇ ਦੀ ਮਦਦ ਦੇ ਉੱਤੇ, ਔਰ ਇਹੀ ਹਾਲ ਅਸੀਂ ਦੇਖਦੇ ਹਾਂ। ਔਰ ਇਹਦੇ 'ਚ ਬਹੁਤ ਵਾਰ, ਇੱਕ ਵਾਰ ਇਹ ਬਾਹਰਲਾ ਇੱਕ ਜਰਨਲਿਸਟ ਉਹਨੇ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਕਵਰ ਕੀਤਾ, ਅਤੇ ਹੁਣ ਹੋਲਾ ਮਹੱਲਾ ਇੱਕ ਹੋਲੀ ਤੋਂ ਅਗਲੇ ਦਿਨ ਸਿੱਖਾਂ ਦਾ ਖਾਸ ਦਿਨ ਹੈ ਔਰ ਖਾਲਸਾ ਸਾਜਨਾ ਤੋਂ ਬਾਅਦ ਇੱਕੋ ਇੱਕ ਜਿਹੜਾ ਸਿੱਖ ਫੈਸਟੀਵਲ ਜੇ ਕਹਿਣਾ ਹੋਏ, ਜਿਹੜਾ ਖਾਲਸਾ ਸਾਜਨਾ ਤੋਂ ਬਾਅਦ ਹੋਲਾ ਮਹੱਲਾ ਆਇਆ, ਔਰ ਇਹ 1999 ਦੇ ਹੋਲੇ ਮਹੱਲੇ ਦੇ ਮੌਕੇ ਦੇ ਉੱਤੇ ਜਿਹੜਾ ਉਹ ਆਇਆ, ਅਤੇ 3 ਮਿਲੀਅਨ ਤੋਂ ਜ਼ਿਆਦਾ ਸਿੱਖ ਅਨੰਦਪੁਰ ਸਾਹਿਬ ਇਕੱਠੇ ਸੀ। ਔਰ ਉਹਦੇ 'ਚ ਠੀਕ ਹੈ ਪੁਲਿਸ ਥੋੜ੍ਹੀ ਬਹੁਤ ਦੂਰ ਖੜ੍ਹੀ ਹੁੰਦੀ, ਪਰ ਸਾਰਾ ਪ੍ਰਬੰਧ ਜਿਹੜਾ ਉਹ ਸਿੱਖਾਂ ਦੇ ਆਪਣੇ ਕੋਲ ਹੀ ਹੁੰਦਾ ਸਾਰਾ। ਅਤੇ ਉਹਨੇ ਕਿਹਾ ਕਿ ਵੀ ਇੰਨਾ 3 ਮਿਲੀਅਨ 30 ਲੱਖ ਲੋਕ ਇੱਥੇ ਪਿਛਲੇ 3 ਦਿਨ ਦੇ ਵਿੱਚ ਆਇਆ, ਲੇਕਿਨ ਜਿਵੇਂ ਮੈਟੀਕੁਲਸਲੀ ਹਰ ਚੀਜ਼ ਪਲੈਨਡ ਹੈ, ਹਰ ਇੱਕ ਨੂੰ ਹਰ ਚੀਜ਼ ਵੀ ਮਿਲ ਰਹੀ ਹੈ ਔਰ ਕੋਈ ਜਿਹੜੀ ਹੈ ਉਹ ਐਸੀ ਵਾਰਦਾਤ ਨਹੀਂ ਹੋਈ ਕਿ ਹਾਂ, ਔਰ ਇਹ ਨਹੀਂ ਹੈ ਇੱਕ ਥਾਂ 'ਤੇ, ਅਸੀਂ ਬਹੁਤ ਸਾਰੇ ਮੌਕਿਆਂ 'ਤੇ ਦੇਖਦੇ ਹਾਂ, ਕਿਉਂਕਿ ਇੱਦਾਂ ਦੇ ਮੌਕਿਆਂ ਦੇ ਉੱਤੇ ਜਿਹੜਾ ਬੈਸਟ ਹੈ ਉਹ ਬਾਹਰ ਆ ਜਾਂਦਾ। ਔਰ ਹੁਣ ਵੀ ਜੇ ਅਸੀਂ ਇਹ ਦੇਖੀਏ ਕਿ ਬੇਸ਼ੱਕ ਜਿੰਨੀ ਚੜ੍ਹਤ ਵਾਲੇ ਮੂਵਮੈਂਟ ਗਈ ਜਿੰਨੀ ਤੇਜ਼ੀ ਦੇ ਨਾਲ, ਅੱਜ ਜਦੋਂ ਅਸੀਂ 4-5 ਲੱਖ ਲੋਕਾਂ ਦੇ ਅੱਡ ਅੱਡ ਬਾਰਡਰਸ ਦੇ ਆਉਣ, ਇਹ ਨਹੀਂ ਹੈ ਕਿ ਸਾਰੇ ਜਿਹੜੇ ਨੇ ਉਹ ਇੱਕੋ ਥਾਂ 'ਤੇ ਨੇ ਖਿਲਰੇ ਹੋਏ ਨੇ, ਔਰ ਜਿਵੇਂ ਉਹ ਆਉਂਦੇ ਨੇ ਜੇ 20,000 ਬੰਦਾ ਆਇਆ ਟਰਾਲੀਆਂ। ਹੁਣ ਅੱਜ ਹੀ ਇੱਕ NDTV ਦੀ ਰਿਪੋਰਟ ਸੀ, ਉਹਨੇ ਕਿਹਾ ਕਿ ਜੀ ਜੇ ਸ਼ਹਿਰ ਵਸਿਆ ਦੇਖਣਾ ਹੋਇਆ, ਉਹਨੂੰ ਕਹਿੰਦੇ ਨੇ ਜੀ ਸ਼ਹਿਰਾਂ ਨੂੰ ਵਸਣ 'ਚ ਜਿਹੜਾ ਉਹ 200-200 ਸਾਲ ਲੱਗ ਜਾਂਦੇ ਨੇ, ਉਹਨੇ ਕਿਹਾ ਜੀ 30 ਮੀਲ ਦੇ ਏਰੀਏ 'ਚ ਸ਼ਹਿਰ ਵਸਿਆ ਹੋਇਆ, ਹਰ ਚੀਜ਼ ਜੋ ਸ਼ਹਿਰ 'ਚ ਹੁੰਦੀ ਹੈ ਉਹ ਤੁਹਾਨੂੰ ਨਜ਼ਰ ਆਉਂਦੀ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਉਹਦੇ ਰਾਹੀਂ ਦੇਖੋ ਉੱਪਰ ਜਾ ਕੇ, ਔਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਕਿ ਵੀ ਕੀ ਹੈ। ਹੁਣ ਅੰਦਾਜ਼ਾ ਤੁਸੀਂ ਲਾਓ ਕਿ ਵੀ ਇੰਨੇ ਲੱਖਾਂ ਲੋਕਾਂ ਦਾ ਪ੍ਰਬੰਧ ਬਿਲਕੁਲ ਕਿਵੇਂ। ਹੁਣ ਇਹ ਸੀ ਜੀ ਪਹਿਲੇ ਦਿਨਾਂ 'ਚ ਆਇਆ ਕਿ ਜੀ ਰੋਟੀਆਂ ਪੱਕ ਰਹੀਆਂ ਨੇ, ਮਰਦ ਵੀ ਪਕਾ ਰਹੇ ਨੇ, ਹੁਣ ਬੇਸ਼ੱਕ ਉਹ ਵੀ ਪੱਕ ਰਹੀਆਂ, ਪਰ ਜਿਹੜੀਆਂ ਨੇ ਉਹ ਆਟਾ ਗੁੰਨਣ ਵਾਲੀਆਂ ਮਸ਼ੀਨਾਂ ਵੀ ਮੌਕੇ 'ਤੇ ਆ ਗਈਆਂ, ਪ੍ਰਸ਼ਾਦੇ ਵੀ ਬਣ ਰਹੇ ਨੇ ਔਰ ਹਰ ਕਿਸਮ ਦਾ। ਹੁਣ ਇਹ ਐਵੇਂ ਗੱਲ ਨਹੀਂ ਹੈ, ਛੋਟੀ ਮੋਟੀ ਨਹੀਂ ਹੈ, ਘਰ 'ਚ 2 ਮਹਿਮਾਨ ਆ ਜਾਣ ਤਾਂ ਵਕਤ ਪਿਆ ਹੁੰਦਾ ਵੀ ਕੀ ਹੈਗਾ, ਪੁਰਾਣੇ ਨੂੰ ਹੀ ਤੜਕਾ ਲਾ ਕੇ ਖਵਾਈ ਜਾਂਦੇ ਨੇ ਕੱਢ ਕੇ ਫਰੀਜ਼ਰ 'ਚੋਂ, ਲੇਕਿਨ ਇਹ ਆਪਣੇ ਆਪ 'ਚ ਕ੍ਰਿਸ਼ਮੇ ਔਰ ਜਿਵੇਂ ਸਪੋਂਟੇਨੀਅਸ ਉਹਦੇ 'ਚ ਹੁਣ ਕਿਹਦਾ ਕਿਹਦਾ ਨਾਂ ਰਹੀ ਹੈ, ਪਲੇਅਰਸ ਵੀ ਨਿਕਲੇ ਨੇ, ਕਲਾਕਾਰਾਂ ਦੀ ਗੱਲ ਤਾਂ ਹੁੰਦੀ ਹੈ, ਆਮ ਵੀ ਸਟੂਡੈਂਟ ਵੀ ਮੈਂ ਦੇਖ ਰਿਹਾ ਸੀ, ਨਿਊਜ਼ੀਲੈਂਡ ਆਸਟ੍ਰੇਲੀਆ 2 ਬੱਚੀਆਂ ਉਹ ਛੱਡ ਕੇ ਕਹਿੰਦੇ ਅਸੀਂ ਛੱਡ ਆਈਆਂ ਸਭ ਕੁਛ ਉੱਥੇ ਪਿੱਛੇ, ਹੁਣ ਇੱਥੇ ਹੀ ਅਸੀਂ ਰਹਾਂਗੀਆਂ। ਔਰ ਪੰਜਾਬ ਦੇ ਪਿੰਡਾਂ ਦੇ ਵਿੱਚ ਹਾਲਾਂ ਬਹੁਤ ਵਾਰੀ ਅਸੀਂ 80s ਦੇ ਵਿੱਚ ਉਹਨਾਂ ਨੇ ਇੱਕ ਜਨਰੇਸ਼ਨ ਵੈਸੇ ਸਾਡੀ ਮਾਰ ਦਿੱਤੀ, 84 ਤੋਂ 95 ਤੱਕ 1.5 ਲੱਖ ਸਿੱਖ ਨੌਜਵਾਨ ਮਾਰਿਆ, ਔਰ ਉਹ ਵੀ ਉਸ ਉਮਰ 'ਚ ਜਦੋਂ ਕਿ ਤੁਸੀਂ ਦੇਖਦੇ ਹੋ 13-14 ਸਾਲ ਤੋਂ 30-35 ਸਾਲ ਤੱਕ ਜਿਹੜੀ ਤੁਹਾਡੀ ਪਰਿਵਾਰ ਵਧਾਉਣ ਦੀ ਉਮਰ ਹੁੰਦੀ ਹੈ, ਅਗਲੇ ਉਸ ਫਰਸਟ੍ਰੇਸ਼ਨ ਦੇ ਵਿੱਚ ਇੱਕ ਡਿਫੀਟਿਸਟ ਫੀਲਿੰਗ ਦੇ ਨਾਲ ਬਲੱਡੀ ਨੋਜ਼ ਕਿ ਵੀ ਅਸੀਂ ਤਾਂ ਹਾਰਨ ਵਾਲੇ ਨਹੀਂ ਸੀ, ਇਹ ਸਾਡੇ ਨਾਲ ਕੀ ਹੋਇਆ, ਸਾਡੇ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਔਰ ਇਹ ਜਦੋਂ ਤੁਸੀਂ ਡਰੱਗਸ ਜਾਂ ਕੋਈ ਵੀ ਇਸ ਕਿਸਮ ਦੇ ਜਿਹੜੇ ਲੋਕ ਇਸਤੇਮਾਲ ਕਰਦੇ ਨੇ, ਸ਼ਰਾਬ ਜਾਂ ਦੂਜਾ, ਉਹਦਾ ਇੱਕ ਰੀਜ਼ਨ ਹੁੰਦਾ, ਕਿਤੇ ਨਾ ਕਿਤੇ ਫਰਸਟ੍ਰੇਸ਼ਨ ਹੁੰਦੀ ਹੈ, ਕਿਤੇ ਨਾ ਕਿਤੇ ਬਹੁਤ ਵਾਰੀ ਸ਼ਰਾਬੀ ਇਹ ਸਮਝਦਾ ਹੈ ਕਿ ਜੀ ਉਹ ਪੀ ਕੇ ਉਹਦੀ ਫਰਸਟ੍ਰੇਸ਼ਨ ਦੂਰ ਹੋ ਰਹੀ ਹੈ, ਅਸਲ 'ਚ ਇਵੇਂ ਨਹੀਂ ਹੁੰਦਾ। ਫਰਸਟ੍ਰੇਸ਼ਨ ਜਾਂ ਡਿਪਰੈਸ਼ਨ ਜਿਹੜੀ ਹੈ ਉਹ ਇਹਦੇ 'ਚੋਂ ਨਿਕਲਦੀ ਹੈ, ਔਰ ਦੋਨੋਂ ਇੱਕ ਦੂਜੇ 'ਚ ਫਿਰ ਇਵੇਂ ਹੋ ਜਾਂਦਾ ਕਿ ਉਹਦੇ ਬਿਨਾਂ ਉਹ ਨਹੀਂ ਹੁੰਦਾ। ਲੇਕਿਨ ਇਹਦੇ ਬਾਵਜੂਦ ਇਹ ਲੱਗਦਾ ਸੀ ਕਿ ਵੀ ਪੰਜਾਬ ਦੀ ਜਵਾਨੀ, ਮਾਪਿਓ ਨੂੰ ਵੀ ਉੱਥੇ ਫਿਕਰ ਸੀ। ਹੁਣ ਜਦੋਂ ਅਸੀਂ ਇੰਨੇ ਵੱਡੇ ਪੈਮਾਨੇ 'ਤੇ ਹਿਜਰਤ ਦੇਖਦੇ ਹਾਂ, ਪਹਿਲਾਂ ਕਿਉਂਕਿ 80s ਦੇ ਵਿੱਚ ਮਾਪਿਓ ਇਸ ਲਈ ਬੱਚੇ ਮੁੰਡਿਆਂ ਨੂੰ ਉਦੋਂ ਬਾਹਰ ਕੱਢਦੇ ਸੀ ਕਿ ਵੀ ਜਾਂ ਇਹਨੂੰ ਪੁਲਿਸ ਨੇ ਮਾਰ ਦੇਣਾ ਐਨਕਾਊਂਟਰ ਕਰਕੇ, ਅਤੇ ਜਾਂ ਇਹਨੇ ਜੁਝਾਰੂਆਂ 'ਚ ਰਲ ਜਾਣਾ ਅਤੇ ਇਹਨੇ ਮਾਰੇ ਜਾਣਾ ਪੁਲਿਸ ਮੁਕਾਬਲੇ। ਫਿਰ 90s ਦਾ ਦੌਰ ਐਸਾ ਆਇਆ 95 ਤੋਂ ਆਲਮੋਸਟ 2004-05 ਤੱਕ ਕਿ ਮਾਪਿਓ ਨੂੰ ਇਕੱਲੇ ਮੁੰਡਿਆਂ ਨੂੰ ਨਹੀਂ ਕੁੜੀਆਂ ਨੂੰ ਵੀ ਬਾਹਰ ਕੱਢਿਆ ਕਿ ਵੀ ਇਹ ਇਹਨਾਂ ਨੇ ਇੱਥੇ ਡਰੱਗ ਖਾ ਕੇ ਮਾਰ ਜਾਣਾ। ਇੰਨੇ ਵੱਡੇ ਪੈਮਾਨੇ 'ਤੇ ਡਰੱਗਸ ਪੰਜਾਬ ਦੇ ਵਿੱਚ ਉਹਨਾਂ ਨੇ
ਸੁੱਟੀਆਂ, ਜਿਵੇਂ ਅਸੀਂ ਇੱਥੋਂ ਦੀ ਹਿਸਟਰੀ ਦੇਖਦੇ ਹਾਂ ਨੇਟਿਵ ਅਮੈਰੀਕਨਸ ਨਾਲ ਕੀ ਕੀਤਾ ਹੈ, ਉੱਥੇ ਮੌਰੀਜ਼ ਨਾਲ ਕੀ ਕੀਤਾ, ਨਿਊਜ਼ੀਲੈਂਡ ਦੇ ਵਿੱਚ ਚੀਨੀਆਂ ਨੂੰ ਜਿਹਨਾਂ ਓਪੀਅਮ ਖਵਾ ਖਵਾ ਕੇ ਜੇ ਉਹਨਾਂ ਨੇ ਰੈਜ਼ਿਸਟ ਕੀਤਾ ਤੇ ਓਪੀਅਮ ਵਾਰਜ਼ ਉਹਨਾਂ ਦੇ ਉੱਤੇ ਥੋਪੀਆਂ ਗਈਆਂ। ਆਸਟ੍ਰੇਲੀਆ 'ਚ ਉਹਨਾਂ ਨੇ ਜਿਹੜੇ ਉਹਨਾਂ ਦੇ ਨੇਟਿਵਸ ਨੇ ਐਬੋਰੀਜੀਅਨਸ ਉਹਨਾਂ ਦੇ ਨਾਲ ਕੀ ਕੀਤਾ। ਸੋ ਉਹੀ ਕਹਾਣੀ ਜਿਹੜੀ ਹੈ ਪੰਜਾਬ ਦੇ ਵਿੱਚ ਰਿਪੀਟ ਕੀਤੀ ਗਈ। ਔਰ ਫਿਰ ਇਕੱਲਾ ਇਹੀ ਨਹੀਂ ਸੀ, ਡਰੱਗ ਦੇ ਨਾਲ ਅਸੀਂ ਦੇਖਦੇ ਹਾਂ ਜਿੰਨਾ ਲੱਚਰ ਕਲਚਰ ਔਰ ਜਿਹੜਾ ਸਾਡਾ ਸਿੱਖ ਤਹਿਜ਼ੀਬ ਹੈ ਜਾਂ ਇਸਲਾਮਿਕ ਤਹਿਜ਼ੀਬ ਹੈ, ਅਸੀਂ ਬਾਪਰਦਾ ਔਰ ਇੱਕ ਸੱਭਿਅਕ ਸਾਡੇ ਮਜ਼ਹਬ ਨੇ ਸਾਨੂੰ ਔਰਤ ਦੀ ਇੱਜ਼ਤ ਵੀ ਹੈ, ਉਸਦਾ ਇੱਕ ਰੁਤਬਾ ਵੀ ਹੈ, ਔਰ ਇਹ ਲੱਚਰਪੁਣਾ ਇਹਦੇ ਦੇ ਖਿਲਾਫ ਤਾਂ ਅਸੀਂ ਲੜੇ ਹਾਂ ਸਦੀਆਂ ਤੋਂ ਇੱਜ਼ਤ ਔਰ ਅਜ਼ਮਤ ਦਾ ਨਾਂ। ਪਰ ਜਿਸ ਕਿਸਮ ਦਾ ਮਾਹੌਲ ਸਿਰਜ ਦਿੱਤਾ, ਔਰ ਮੈਨੂੰ ਯਾਦ ਹੈ ਕਿ ਇੱਕ ਵੱਡੇ ਜਰਨਲਿਸਟ ਸੀ ਖਾਲਦ ਹਸਨ ਪਾਕਿਸਤਾਨ ਦੇ, ਹੁਣ ਤਾਂ ਉਹਨਾਂ ਦੇ ਅੱਲਾ ਨੂੰ ਪਿਆਰੇ ਹੋ ਚੁੱਕੇ ਨੇ, ਔਰ ਇਹ ਗੱਲ 2000 ਦੀ ਹੈ ਸ਼ਾਇਦ 2005-06 ਦੀ ਹੋਏਗੀ। ਉਹ ਸਾਡੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਵਾਸ਼ਿੰਗਟਨ DC 'ਚ ਆਉਣ ਜਾਣ ਵੀ ਸੀ ਉਹਨਾਂ ਦਾ, ਅਤੇ ਉਹ ਕਿਉਂਕਿ ਕਿਸੇ ਜ਼ਮਾਨੇ 'ਚ ਉਹ ਭੁੱਟੋ ਦੇ ਚੀਫ ਸੈਕਟਰੀ ਪ੍ਰੈਸ ਦੇ ਵੀ ਰਹੇ ਸੀ, ਉਹ ਬਹੁਤ ਅੱਛੇ ਜਰਨਲਿਸਟ ਸੀ। ਔਰ ਗੱਲ ਉਦੋਂ ਨਿਊਕਲੀਅਰ ਦੀ ਚੱਲੀ ਕਿਉਂਕਿ 98 'ਚ ਇੰਡੀਆ ਨੇ ਟੈਸਟ ਕੀਤਾ ਔਰ ਫਿਰ ਜਿਹੜਾ ਪਾਕਿਸਤਾਨ ਨੇ ਕੀਤੇ, ਔਰ ਜ਼ਾਹਰ ਹੈ ਸਾਊਥ ਏਸ਼ੀਆ ਉਸ ਦਹਾਨੇ 'ਤੇ ਆ ਗਿਆ। ਅਤੇ ਉਹਨਾਂ ਨੇ ਕਿਹਾ ਜੀ ਗੱਲ ਇਹ ਨਹੀਂ ਹੈ, ਸਾਨੂੰ ਨਿਊਕਲੀਅਰ ਵਾਰ ਦਾ ਫਿਕਰ ਨਹੀਂ ਹੈ, ਸਾਡੇ 'ਤੇ ਤਾਂ ਉਹਨਾਂ ਨੇ ਨੇਵਲ ਵਾਰ ਜਿਹੜੀ ਹੈ ਉਹ ਸੁੱਟ ਦਿੱਤੀ ਹੈ। ਹੁਣ ਨੇਵਲ ਅੰਗਰੇਜ਼ੀ 'ਚ ਧੁੰਨੀ ਨੂੰ ਕਹਿੰਦੇ ਨੇ। ਹੁਣ ਜ਼ਾਹਰ ਹੈ ਕਿ ਉਹਨਾਂ ਦਾ ਉਹਨਾਂ ਨੇ ਫਿਰ ਕੀਤਾ ਕਿ ਜਿਵੇਂ ਇਹ ਸਾਰਾ ਬਾਲੀਵੁੱਡ ਦਾ ਲੱਚਰ ਕਲਚਰ, ਉਹਨਾਂ ਦੀਆਂ ਫਿਲਮਾਂ, ਉਹਨਾਂ ਦੇ ਡਰਾਮੇ, ਔਰ ਜਿਵੇਂ ਪਾਕਿਸਤਾਨ ਦੇ ਵਿੱਚ ਇੰਨੇ ਪਾਪੂਲਰ ਔਰ ਉਹਨਾਂ ਨੂੰ ਰਨ ਕਰਦੇ ਨੇ, ਉਹ ਕਹਿੰਦੇ ਨੇ ਨਿਊਕਲੀਅਰ ਨਾਲ ਤਾਂ ਅਸੀਂ ਨਿਬੜ ਲਾਂਗੇ ਜਦੋਂ ਹੋਇਆ, ਇਹ ਜਿਹੜਾ ਧੁੰਨੀ ਕਲਚਰ ਆ ਗਿਆ ਇਹਦੇ ਨਾਲ ਅਸੀਂ ਕਿਵੇਂ ਨਿਬੜਾਂਗੇ। ਸੋ ਉਹੀ ਰਿਪੀਟ ਪੰਜਾਬ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਹੋਇਆ, ਹਿਜਰਤ ਵੀ ਹੋ ਰਹੀ ਸੀ ਔਰ ਲੱਗਦਾ ਸੀ ਸਾਨੂੰ ਕਿ ਵੀ ਇਹ ਲਿਆ ਲਿਆ ਕੇ ਬਾਹਰੋਂ ਜਿਹੜੇ ਨੇ ਉੱਥੇ ਮਾਈਗ੍ਰੈਂਟ ਲੇਬਰ ਉਹਨੂੰ ਵਸਾ ਰਹੇ ਨੇ ਕਿ ਵੀ ਅਸੀਂ ਗਏ। ਲੇਕਿਨ ਮੈਂ ਸਮਝਦਾ ਵੀ ਇਹਨਾਂ 3 ਮਹੀਨਿਆਂ ਨੇ ਇਨ ਜਨਰਲ ਔਰ ਇਹਨਾਂ ਲਗਭਗ 2.5-3 ਹਫ਼ਤਿਆਂ ਨੇ ਇਨ ਪਰਟੀਕੁਲਰ ਸਾਨੂੰ ਇਸ ਗੱਲ ਦੀ ਤਸੱਲੀ ਦਿੱਤੀ ਹੈ ਕਿ ਉਸ ਪੰਜਾਬ ਦੀ ਧਰਤੀ ਦੇ ਉੱਤੇ ਗੈਰਤ ਵੀ ਹੈ, ਅਣਖ ਵੀ ਹੈ, ਲੀਡਰਸ਼ਿਪ ਕੀ ਕਰੇਗੀ, ਕਿੱਧਰ ਨੂੰ ਜਾਏਗੀ, ਉਹਦੇ 'ਚ ਕੋਈ ਦੋ ਰਾਵਾਂ ਨਹੀਂ। ਔਰ ਜਦੋਂ ਅਸੀਂ ਅਕਸਰ ਸ਼ਾਹ ਮੁਹੰਮਦ ਦਾ ਜੰਗਨਾਮਾ, ਜਿਸ ਨੂੰ ਬਾਅਦ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਗਿਆ, ਪਰ ਇਹਦਾ ਓਰੀਜਨਲ ਜਿਹੜਾ ਨਾਂ ਸੀ ਸ਼ਾਹ ਮੁਹੰਮਦ ਨੇ ਵੀ ਰੱਖਿਆ, ਉਹ ਜੰਗ ਹਿੰਦ ਪੰਜਾਬ ਸੀ। ਅੱਛਾ, ਅੱਜ ਵੀ ਅਲਟੀਮੇਟਲੀ ਨੋ ਮੈਟਰ ਇਹਨੂੰ ਕਿਵੇਂ ਪੈਨ ਇੰਡੀਆ ਬਣਾਉਣ ਦੀ ਕੋਸ਼ਿਸ਼ ਹੋਏ, ਫਾਰਮਰਸ ਕੀ ਕਰ ਰਹੇ ਨੇ, UP ਦਾ ਆ ਗਿਆ, ਉੱਤਰਾਖੰਡ ਦਾ ਨਿਕਲ ਗਿਆ, ਇਸ ਕਿਸਮ ਦਾ, ਪਰ ਇਹ ਜੰਗ ਹਿੰਦ ਪੰਜਾਬ ਹੈ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਔਰ ਇਸ ਸਾਰੇ ਦੇ ਵਿੱਚ ਜਦੋਂ ਸ਼ਾਹ ਮੁਹੰਮਦ ਨੇ, ਔਰ ਉਹਦਾ ਰੀਜ਼ਨ ਸੀ ਜੰਗ ਹਿੰਦ ਪੰਜਾਬ, ਕਿ ਇੱਕ ਪਾਸੇ ਆਈਡੈਂਟੀ ਸੀ ਵੱਖਰੀ ਪੰਜਾਬ ਦੀ, ਆਪਣੀ ਹੋਂਦ, ਭਾਵੇਂ ਉਹਨੂੰ ਸਿੱਖ ਰਾਜ ਅਸੀਂ ਪ੍ਰਾਈਡ ਨਾਲ ਕਹਿੰਦੇ ਹਾਂ, ਸਰਕਾਰੇ ਖਾਲਸਾ ਜੀ, ਉਹ ਲਾਹੌਰ ਦਰਬਾਰ ਸੀ ਜਿਸ ਦਾ ਇੱਕ ਵੱਡਾ 1.5 ਲੱਖ ਮੁਰੱਬਾ ਮੀਲ ਤੋਂ ਜ਼ਿਆਦਾ, ਜਿਸ 'ਚ ਮੁਲਤਾਨ ਵੀ ਸੀ, ਪੇਸ਼ਾਵਰ ਵੀ ਸੀ, ਤਿੱਬਤ ਤੱਕ ਜਿਸ ਦੀ ਰੀਚ ਸੀ ਔਰ ਇੱਧਰ ਸ਼ਿਕਾਰਪੁਰ ਸਿੰਧ ਤੱਕ ਸੀ। ਔਰ ਇਹ ਜਿਹੜੀ ਪਾਤਸ਼ਾਹੀ ਪੰਜਾਬ ਦੀ ਸੀ, ਜਿਸ ਨੂੰ ਜਿਹੜਾ ਚੌਧਰੀ ਫਵਾਦ ਚੌਧਰੀ ਨੇ ਆਪਣਾ ਜਦੋਂ 2 ਦਿਨ ਪਹਿਲਾਂ ਟਵੀਟ ਕੀਤਾ ਤਾਂ ਉਹਨਾਂ ਨੇ ਇਹਦਾ ਹਵਾਲਾ ਦਿੱਤਾ ਕਿ ਭਾਈ ਅਸੀਂ ਉਸ ਪੀਰੀਅਡ ਤੋਂ ਬਾਅਦ ਕਿਵੇਂ ਜਿਹੜਾ ਇਹ ਪੇਨ ਹੈ ਪੰਜਾਬ ਦੀ, ਹਾਲਾਂ ਕੁਛ ਕੁ ਨੇ ਉਹਦੇ 'ਤੇ ਇਤਰਾਜ਼ ਵੀ ਕੀਤਾ। ਮੈਂ ਸਮਝਦਾ ਵੀ ਸਾਨੂੰ ਇੱਕ ਬਰਾਡਰ ਪਰਸਪੈਕਟਿਵ 'ਚ ਦੇਖਣਾ ਹੋਏਗਾ, ਕਿਉਂਕਿ ਜਦੋਂ ਇਹ ਠੀਕ ਹੈ ਕੋਈ ਮਹਾਰਾਜਾ ਰਣਜੀਤ ਸਿੰਘ ਜਾਂ ਦੂਸਰੇ ਕੋਈ ਗੁਰੂ ਪੈਗੰਬਰ ਨਹੀਂ ਨੇ ਕਿ ਗਲਤੀਆਂ ਨਹੀਂ ਹੋ ਸਕਦੀਆਂ ਜਾਂ ਉਹਨਾਂ ਨੂੰ ਕ੍ਰਿਟੀਸਾਈਜ਼ ਨਹੀਂ ਕੀਤਾ ਜਾ ਸਕਦਾ, ਪਰ ਜੇ ਤੁਸੀਂ ਕਿਸੇ ਗੱਲ ਨੂੰ ਔਰ ਜਿਹੜਾ ਕੰਟੈਕਸਟ ਹੈ ਉਸ 'ਚੋਂ ਪਾਸੇ ਜਾ ਕੇ ਕਰੋ ਤਾਂ ਫਿਰ ਬਹੁਤ ਸਾਰੀਆਂ ਗੱਲਾਂ ਜਾਂ ਕਹਾਣੀਆਂ ਜਿਹੜੀਆਂ ਤੋੜ ਦਿੱਤੀਆਂ ਗਈਆਂ ਨੇ ਉਹ ਟਰੂਥ ਨਹੀਂ ਹੈਗੀਆਂ ਹਿਸਟੋਰੀਕਲੀ। ਪਰ ਮੈਂ ਕਿਸੇ ਦਿਨ ਗੱਲ ਕਰਾਂਗਾ ਕਿ ਕਿਵੇਂ ਜਿਵੇਂ ਫਕੀਰ ਅਜ਼ੀਜ਼ੁਦੀਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਫੋਰਨ ਮਿਨਿਸਟਰ ਸੀ, ਉਹਨਾਂ ਦੇ ਇੱਕ ਬ੍ਰਦਰ ਹੋਮ ਮਿਨਿਸਟਰ ਸੀ ਔਰ ਜਿਹੜਾ ਖਜ਼ਾਨੇ ਦੀ ਚਾਬੀ ਉਹਨਾਂ ਕੋਲ ਸੀ, ਉਹਨਾਂ ਦੇ ਹੀ ਡਿਸੈਂਡੈਂਟ ਅੱਗੋਂ ਜਿਹੜੇ ਨੇ ਉਹਨਾਂ ਨੇ ਫਕੀਰ ਖਾਨਾ ਲਾਹੌਰ ਦੇ ਵਿੱਚ ਜਿਹੜਾ ਉਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੁਗਾਤਾਂ ਜਿਹੜੀਆਂ ਉਸ ਵੇਲੇ ਸੀ ਉਹਨਾਂ ਨੂੰ ਦਿੱਤੀਆਂ। ਔਰ ਉਹਨਾਂ ਨੇ ਇੱਕ ਦਿਨ ਬੜੀ ਤਫਸੀਲ ਨਾਲ ਗੱਲਬਾਤ ਕੀਤੀ ਹੈ ਦੱਸਣ ਦੇ ਲਈ ਕਿ ਕੁਛ ਗੱਲਾਂ ਜਿਹੜੀਆਂ ਕਹੀਆਂ ਜਾਂਦੀਆਂ ਨੇ ਰਣਜੀਤ ਸਿੰਘ ਨਾਲ ਜੋੜ ਕੇ ਉਹ ਠੀਕ ਨਹੀਂ ਨੇ। ਉਹਨਾਂ ਨੇ ਉਹ ਪੂਰੀ ਲਿਸਟ ਕੱਢੀ ਕਿ ਕਿਹੜੀ ਕਿਹੜੀ ਮਸੀਤ ਨੂੰ
ਕਿੰਨਾ ਕਿੰਨਾ ਮਹੀਨੇ ਦਾ ਮਿਲਦਾ ਸੀ, ਐਜੂਕੇਸ਼ਨ ਸਿਸਟਮ ਕੀ ਸੀ, ਪ੍ਰੋਸਪੈਰਿਟੀ ਕੀ ਸੀ। ਸੋ ਮੈਂ ਸਮਝਦਾ ਵੀ, ਔਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਜਦੋਂ ਕੋਈ ਪੰਜਾਬ ਦੀ ਗੱਲ ਕਰੇ ਤਾਂ ਇਸਦਾ ਮਤਲਬ ਕੋਈ ਪਾਕਿਸਤਾਨ ਨੂੰ ਕਮਜ਼ੋਰ ਕਰਨ। ਮੈਂ ਸਮਝਦਾ ਪਾਕਿਸਤਾਨ ਐਜ਼ ਏ ਨੇਸ਼ਨ ਇੱਕ ਉਹਦਾ, ਜਦੋਂ ਅਸੀਂ ਖਾਲਿਸਤਾਨ ਦੀਆਂ ਹੱਦਾਂ ਦਰਿਆਏ ਜਮਨਾ ਤੋਂ ਵਾਹਗਾ ਤੱਕ ਗੱਲ ਕਰਦੇ ਹਾਂ, ਬਿਲਕੁਲ ਮੈਨੂੰ ਕ੍ਰਿਸਟਲ ਕਲੀਅਰ ਹੈ ਕਿ ਸਾਡੀ ਰਿਲੇਸ਼ਨਸ਼ਿਪ ਅਸੀਂ ਕੈਨੇਡਾ ਔਰ ਅਮਰੀਕਾ ਦੀ ਰਿਲੇਸ਼ਨਸ਼ਿਪ ਵਾਂਗ ਉਸ ਧਰਤੀ ਦੇ ਉੱਤੇ ਜਿਹੜਾ ਉਹ ਦੋ ਹਮਸਾਏ ਮੁਲਕਾਂ ਦੇ ਤੌਰ 'ਤੇ ਐਗਜ਼ਿਸਟ ਕਰਨਾ ਚਾਹੁੰਦੇ। ਇਹਦੇ ਬਾਵਜੂਦ ਜੇ ਕੋਈ ਉੱਥੇ ਬੈਠਾ ਜਾਂ ਇੱਥੇ ਬੈਠਾ ਪੰਜਾਬ ਦੀ ਸਾਂਝ ਦੀ ਗੱਲ ਕਰਦਾ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਇੱਧਰਲੇ ਤਾਂ ਇਲਜ਼ਾਮ ਲਾਉਂਦੇ ਨੇ ਜੀ ਤੁਸੀਂ ISI ਦੇ ਏਜੰਟ ਹੋ ਗਏ ਹੋ। ਉੱਧਰ ਵਾਲੇ ਕਹਿਣ ਲੱਗ ਜਾਣ ਕਿ ਨਹੀਂ ਜੀ ਇਹ ਤਾਂ ਕੋਈ ਪਤਾ ਨਹੀਂ ਗ੍ਰੇਟਰ ਪੰਜਾਬ ਬਣਾਉਣਾ ਚਾਹੁੰਦੇ ਨੇ। ਸੋ ਇਹਦੇ 'ਤੇ ਅਸੀਂ ਵੇਰਵੇ ਨਾਲ ਗੱਲ ਕਰਾਂਗੇ ਕਿ ਈਵਨ ਇਹ ਜਿਹੜਾ ਕੁਛ ਪਰਸਪੈਕਟਿਵ ਨੇ। ਪਰ ਇੱਕ ਗੱਲ ਜਿਹੜੀ, ਕਿਉਂਕਿ ਪਾਕਿਸਤਾਨ ਦਾ ਆਲਮੋਸਟ 65% ਪਾਪੂਲੇਸ਼ਨ ਪੰਜਾਬ ਹੈ ਔਰ ਪਾਕਿਸਤਾਨ ਦੀ ਵੀ ਜੇ ਹੱਬ ਹੈ, ਹਾਲਾਂਕਿ ਪਾਕਿਸਤਾਨ ਸਾਡੇ ਇੱਧਰਲੇ ਇੰਡੀਅਨ ਆਕੂਪਾਈਡ ਪੰਜਾਬ ਨਾਲੋਂ ਵੈਸਟ ਪੰਜਾਬ ਇੰਡਸਟਰੀਲਾਈਜ਼ਡ ਹੈ ਬਹੁਤ ਜ਼ਬਰਦਸਤ। ਉਹਨਾਂ ਨੇ ਇਹਦੇ 'ਤੇ ਕੰਮ, ਇਹਨਾਂ ਨੇ ਤਾਂ ਸਾਨੂੰ ਜਿੱਥੇ ਬਾਕੀ ਚੀਜ਼ਾਂ ਦੇ ਨਾਲ ਜਿਹੜਾ ਉਹ ਉਸ ਤੋਂ ਡਿਪਰਾਈਵ ਕੀਤਾ, ਇੰਡਸਟਰੀਲਾਈਜ਼ ਵੀ ਨਹੀਂ। ਪਰ ਅੱਜ ਵੀ ਜੇ ਪਾਕਿਸਤਾਨ ਦੀ ਵੀ ਇਕੋਨਮੀ ਦਾ ਇੱਕ ਵੱਡਾ ਪਾਰਟ ਹੈ ਅਤੇ ਉਹ ਫਾਰਮਿੰਗ ਹੈ, ਔਰ ਫਾਰਮਿੰਗ ਵਾਲੇ ਲੋਕ ਜਦੋਂ ਤੁਸੀਂ ਪੰਜਾਬੀ ਦੀਆਂ ਬੋਲੀਆਂ ਦੇਖੋਗੇ ਜਾਂ ਖਾਣ ਦੇਖੋਗੇ ਕਿ ਵੀ ਜੱਟਾ ਤੇਰੀ ਜੂਨ ਬੁਰੀ। ਹੁਣ ਇਹ ਵੀ ਕੋਈ ਜੱਟ ਬਰਾਦਰੀ ਜਾਂ ਕਾਸਟ ਨਾਲ ਤਾਲੁਕ ਨਹੀਂ ਹੈ। ਬਹੁਤ ਵਾਰੀ ਕਈਆਂ ਨੂੰ ਇਸ ਲਫ਼ਜ਼ ਤੋਂ ਵੀ ਹੁੰਦਾ ਹੈ ਕਿ ਜੀ ਦੇਖੋ ਇਹ ਕਾ ਨਹੀਂ ਹੈ, ਇਹ ਇੱਕ ਵਾਈ ਕਰਨ ਵਾਲੇ। ਔਰ ਜੇ ਕਿਤੇ ਅਸੀਂ ਗਲੋਬਲੀ ਦੇਖੀਏ, ਉਹ ਅਮਰੀਕਾ ਕੈਨੇਡਾ ਜਾਂ ਦੂਜੇ 'ਚ ਵੀ ਇਹ ਜਿਹੜਾ ਮਿੱਟੀ ਨਾਲ ਮਿੱਟੀ ਹੋਣ ਵਾਲੇ ਨੇ, ਇਹਨਾਂ ਦਾ ਕੋਈ ਬਹੁਤਾ ਚੱਜ ਹਾਲ ਨਹੀਂ ਹੈ। ਲੇਕਿਨ ਕਿਉਂਕਿ ਉਹਨਾਂ ਪੰਜਾਬਾਂ ਦੀ ਜਿਹਨਾਂ ਨੇ 72 ਸਾਲ ਪਹਿਲਾਂ ਤੱਕ ਉਹੀ ਇੱਧਰਲਾ ਲਾਇਲਪੁਰ ਹੈ, ਇੱਧਰਲਾ ਗੁਰਦਾਸਪੁਰ ਹੈ, ਸੋ ਉਹ ਉਸ ਪੇਨ ਨੂੰ ਵੀ ਸਮਝ ਸਕਦੇ ਨੇ। ਔਰ ਜ਼ਾਹਰ ਹੈ ਤਹਿਜ਼ੀਬ ਵੀ ਔਰ ਕੌਮੀ ਪਿਆਰ ਵੀ ਮੁਹੱਬਤ ਵੀ। ਹੁਣ ਇਹ ਜਿਹੜੇ ਸਾਰੇ ਪਾਰਟ ਤੋਂ ਜਦੋਂ ਸ਼ਾਹ ਮੁਹੰਮਦ ਨੇ ਵੀ ਉਸ ਪਾਤਸ਼ਾਹੀ ਦੀ ਗੱਲ ਕੀਤੀ ਸੀ, ਤਾਂ ਉਹਨੇ ਇਹੀ, ਕਿਉਂਕਿ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੀ ਸੋਵਰਨਿਟੀ 'ਤੇ ਅਟੈਕ ਕੀਤਾ 1846 'ਚ, ਜਿਹੜੀਆਂ ਮੂਰਲੀਆਂ ਡਿਵੀਜ਼ਨਾਂ ਸੀ ਉਹਨਾਂ ਦੀਆਂ, ਉਹ ਪੂਰਬੀ ਅਤੇ ਦੱਖਣੀ ਸੀ, ਕਿਉਂਕਿ ਉਸ ਤੋਂ 100 ਸਾਲ ਪਹਿਲਾਂ ਅੰਗਰੇਜ਼ ਰੈਸਟ ਆਫ ਇੰਡੀਆ ਨੂੰ ਕੰਟਰੋਲ ਕਰ ਚੁੱਕੇ ਸੀ। 1757 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਉਹਨਾਂ ਦਾ ਕੰਟਰੋਲ ਸੀ। ਸੋ ਉਹਨਾਂ ਨੇ ਉੱਥੋਂ ਜਿਹੜੇ ਭਰਤੀ ਕੀਤੇ ਸੀ, ਜਦੋਂ ਅਸੀਂ ਪੂਰਬੀ ਕਹਿੰਦੇ ਹਾਂ ਤਾਂ ਇਸ ਦਾ ਮਤਲਬ ਈਸਟਰਨ UP ਅਤੇ ਬਿਹਾਰ ਹੈ ਇਹ ਲਫ਼ਜ਼। ਜਦੋਂ ਅਸੀਂ ਦੱਖਣੀ ਕਹਿੰਦੇ ਹਾਂ, ਜ਼ਾਹਰ ਹੈ ਦੈਕਨ, ਇਸ ਦੇ ਲਈ ਗੋਲਕੁੰਡਾ ਵੀ ਲਫ਼ਜ਼ ਇਸਤੇਮਾਲ ਹੁੰਦਾ ਸੀ, ਫਿਰ ਰਿਆਸਤ ਹੈਦਰਾਬਾਦ ਆ ਗਈ, ਇਹ ਦੱਖਣੀ ਸੀ। ਅਤੇ ਜਦੋਂ ਸ਼ਾਹ ਮੁਹੰਮਦ ਹਮਲਾਵਰਾਂ ਨੂੰ ਕਹਿੰਦਾ ਕਿ ਭਾਈ ਇਹ ਜਿਹੜੇ ਨੇ ਕਈ ਕੋਟ ਚੜ੍ਹੇ ਪੂਰਬੀ ਦੱਖਣੀ ਜੀ, ਕਿ ਉਹ ਪੂਰਬੀ ਅਤੇ ਦੱਖਣੀ ਜਿਹੜੇ ਨੇ ਉਹ ਫਰੰਟ ਦੇ ਉੱਤੇ ਸੀ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਹਮਲਾ ਕੀਤਾ। ਅਤੇ ਉਦੋਂ ਹੀ ਸ਼ਾਹ ਮੁਹੰਮਦ ਫਿਰ ਸਾਰਿਆਂ ਨੂੰ ਵੰਗਾਰ ਕੇ ਕਹਿੰਦਾ ਕਿ ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ, ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ। ਹੁਣ ਜ਼ਾਹਰ ਹੈ ਕਿ ਬਈ ਫਰੰਟ ਲਾਈਨ ਦੇ ਉੱਤੇ ਸਿੱਖ ਨੇ, ਔਰ ਜੇ ਤੋਪਖਾਨਾ ਤਾਂ ਉਹਦੇ 'ਚ ਵੀ ਜ਼ਿਕਰ ਹੈ ਕਿ ਮੇਵਾ ਸਿੰਘ ਅਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਇਹ ਇੱਕ ਹਿਸਟੋਰੀਕਲ ਦਸਤਾਵੇਜ਼ ਹੈ, ਔਰ ਬਾਅਦ 'ਚ ਕਨਿੰਗਮ ਦੀ ਵੀ ਕਿਤਾਬ ਆਈ, ਅੰਗਰੇਜ਼ਾਂ ਦੀਆਂ ਵੀ ਸੀਕ੍ਰੇਟ ਡਾਇਰੀਜ਼, ਹੁਣ ਇੰਨਾ ਐਕੂਰੇਟ ਅਕਾਊਂਟ ਹੈ ਉਹਦਾ ਸ਼ਾਹ ਮੁਹੰਮਦ ਦਾ ਉਸ 1846 ਦੀ ਜੰਗ ਵੇਲੇ, ਕਿਉਂਕਿ ਉਹਨਾਂ ਦੇ ਆਪਣੇ ਨੇੜਲੇ ਰਿਸ਼ਤੇਦਾਰ ਜਾਂ ਭਰਾ ਕੋਈ ਤੋਪਖਾਨੇ ਦੇ ਵਿੱਚ ਸਨ, ਜਿਵੇਂ ਉਹਨਾਂ ਦਾ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਸੀ। ਪਰ ਇੱਕ ਦੇ ਵਿੱਚ ਜਦੋਂ ਉਹ ਇੱਕ ਜੰਗ ਦਾ ਜਿਹਦੇ 'ਚ ਕਿ ਪੂਰੀ ਜਿੱਤੀ ਜਾ ਰਹੀ ਹੈ ਜੰਗ, ਐਂਡ ਇਵੈਂਚੁਅਲੀ ਜਿਹੜੇ ਜਰਨੈਲ ਨੇ ਲਾਲ ਸਿੰਘ, ਤੇਜਾ ਸਿੰਘ UP ਦੇ ਬ੍ਰਾਹਮਣ ਮਿਸਰ, ਔਰ ਇੱਧਰ ਜਿਹੜਾ ਉਹ ਗੁਲਾਬ ਸਿੰਘ ਜੰਮੂ ਦਾ ਰਾਜਾ ਜਿਹਨੇ ਅੰਗਰੇਜ਼ਾਂ ਨਾਲ ਲੜਿਆ ਹੋਇਆ, ਸੋ ਇਹਨਾਂ ਨੇ ਸਾਰੀ ਵਿਉਂਤਬੰਦੀ ਵੀ ਅੰਗਰੇਜ਼ਾਂ ਨੂੰ ਤੱਕ ਪਹੁੰਚਾ ਦਿੱਤੀ, ਔਰ ਪੂਰੀ ਜਦੋਂ ਜੰਗ ਮਗੀ ਹੋਈ ਸੀ ਉਹ ਆਪਣਾ ਜਿਹੜੇ ਉਹਨਾਂ ਦੇ ਇਮੀਡੀਏਟ ਕਮਾਂਡ ਦੇ ਥੱਲੇ ਦੱਸਦੇ ਸੀ ਉਹਨਾਂ ਨੂੰ ਲੈ ਕੇ ਨਿਕਲੇ, ਔਰ ਜਾਂਦੇ ਜਾਂਦੇ ਉਸ ਸਤਲੁਜ ਦਾ ਪੁੱਲ ਵੀ ਤੋੜ ਦਿੱਤਾ ਬੇੜੀਆਂ ਦਾ, ਸਭਰਾਵਾਂ ਦੀ ਜੰਗ। ਸੋ ਇੱਧਰ ਪਾਣੀ ਹੈ ਤਾਂ ਕਿ ਫੌਜ ਪਿੱਛੇ ਨਾ ਹਟ ਸਕੇ, ਔਰ ਸਿੱਖ ਲੜੇ, ਫੌਜ ਲੜੀ, ਸ਼ਹੀਦੀਆਂ ਮਿਲੀਆਂ। ਲੇਕਿਨ ਇਸੇ 'ਤੇ ਹੀ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਭਾਈ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਜ਼ਾਹਰ ਹੈ ਸਰਕਾਰ ਉਸ ਜ਼ਮਾਨੇ 'ਚ ਮਹਾਰਾਜਾ ਰਣਜੀਤ ਸਿੰਘ ਲਈ ਵੀ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਸੀ, ਸ਼ੇਰੇ ਪੰਜਾਬ ਦਾ ਲਖਬ ਵੀ ਪੰਜਾਬ ਦੇ ਲੋਕਾਂ ਨੇ ਦਿੱਤਾ, ਔਰ ਉਹ ਗੁਜਰਾਂਵਾਲੇ ਦੀ ਮੈਂ ਸਮਝਦਾ ਮੁਬਾਰਕ ਧਰਤੀ ਹੈ ਜਿੱਥੇ ਰਣਜੀਤ ਸਿੰਘ ਪੈਦਾ ਹੋਇਆ। ਔਰ ਦੂਸਰੇ
ਜਿਹੜੇ ਰਣਜੀਤ ਸਿੰਘ ਦਾ ਸਭ ਤੋਂ ਕਾਬਲ ਕਮਾਂਡਰ ਇਨ ਚੀਫ ਜਿਹਦਾ ਜ਼ਿਕਰ ਦੁਨੀਆ ਦੇ ਵੱਡੇ ਜਰਨੈਲਾਂ 'ਚ ਹੁੰਦਾ ਜਨਰਲ ਹਰੀ ਸਿੰਘ ਨਲੂਆ, ਉਹ ਵੀ ਗੁਜਰਾਂਵਾਲੇ ਦੀ ਪੈਦਾਇਸ਼ ਹੈ। ਸੋ ਮੈਂ ਸਮਝਦਾ ਵੀ ਜਦੋਂ ਅਸੀਂ ਤਹਿਜ਼ੀਬ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਉਹਦੇ 'ਚ ਇਕੱਲਾ ਗੁਰਦੁਆਰਾ ਸਾਹਿਬਾਨ ਪਾਕਿਸਤਾਨ 'ਚ ਹੀ ਨਹੀਂ ਨੇ, ਸਾਡਾ ਸਾਰਾ ਇਤਿਹਾਸ ਵੀ ਤਹਿਜ਼ੀਬ ਵੀ ਕੌਮਨ ਹੈ ਇਸ ਨਾਲ। ਔਰ ਮੈਂ ਸਮਝਦਾ ਵੀ ਜਿਵੇਂ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਉਹ ਸੁੱਤਾ ਹੁੰਦਾ ਕੁਛ, ਔਰ ਉਹਨੂੰ ਤੁਸੀਂ ਜਿਹੜਾ ਅਸੀਂ ਤਾਂ ਯਤਨ ਹੀ ਕਰਨਾ ਸੀ, ਲੇਕਿਨ ਮੈਂ ਸਮਝਦਾ ਵੀ ਉਸ ਨੂੰ ਜਿਵੇਂ ਸਾਡੇ ਵੀਰਾਂ ਭੈਣਾਂ ਨੇ ਜਿਹੜਾ ਉਹ ਵੈਲਕਮ ਕੀਤਾ, ਅਸੀਂ ਉਸ ਲਈ ਸਾਡਾ ਰੋਮ ਰੋਮ ਸ਼ੁਕਰਗੁਜ਼ਾਰ ਹੈ। ਪਰ ਇਧਰਲਿਆਂ ਦੀ ਜੇ ਅਸੀਂ ਗੱਲ ਕਰੀਏ ਕਿ ਭਾਈ ਇਹ ਕਿਉਂ ਮੈਨੂੰ ਆ ਰਿਹਾ ਕਿ ਬਈ ਇੱਕ ਸਰਕਾਰ ਵਜੋਂ ਅਸੀਂ ਦੇਖ ਰਹੇ ਹਾਂ ਕਿ ਬਈ ਸਰਕਾਰ ਆਪਣੀ ਖੇਡ ਤੇ ਲੱਗੀ ਹੋਈ ਹੈ। ਇੱਕ ਯੂਪੀ ਦਾ ਬੰਦਾ ਜਿਹਨੂੰ ਇਹਨਾਂ ਨੇ ਕੋਆਰਡੀਨੇਸ਼ਨ ਕਮੇਟੀ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦਾ ਉਸ ਦਾ ਆ ਗਿਆ ਕਿ ਜੀ ਉਹਨੇ ਕਿਹਾ ਕਿ ਮੈਂ ਠੀਕ ਹੈ ਅਸੀਂ ਗੱਲਬਾਤ ਰਾਹੀਂ ਹੱਲ ਕਰਨਾ ਚਾਹੁੰਦੇ ਹਾਂ, ਅਸੀਂ ਗੱਲਬਾਤ ਕਰਾਂਗੇ। ਉਧਰੋਂ ਜਿਹੜੇ ਵਜ਼ੀਰ ਨੇ ਉਹਨਾਂ ਦੇ ਉਹ ਕੋਈ ਤੋਮਰ ਹੈ ਕੋਈ ਪਿਊਸ਼ ਗੋਇਲ ਹੈ, ਉਹ ਅੱਡ ਅੱਡ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਜੀ ਇਹ ਬਹੁਤ ਫਾਇਦੇ 'ਚ ਨੇ, ਇਹ ਤਾਂ ਇਹਨਾਂ 'ਚ ਅਰਬਨ ਨਕਸਲ ਵੜ ਗਏ, ਇਹਨਾਂ 'ਚ ਖਾਲਿਸਤਾਨੀ ਵੜ ਗਏ। ਅਸੀਂ ਅਗਲੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਕਿਵੇਂ ਜਿਹੜੇ ਦੁਨੀਆ ਭਰ ਦੇ ਵਿੱਚ ਇਸ ਵੇਲੇ ਪ੍ਰੋਟੈਸਟ ਹੋ ਰਹੇ ਨੇ, ਵਾਸ਼ਿੰਗਟਨ ਦੀ ਇੱਕ ਬੜੀ ਜ਼ਬਰਦਸਤ ਰੈਲੀ ਜਿਹਨੇ ਹਿਲਾ ਕੇ ਰੱਖ ਦਿੱਤਾ, ਔਰ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਨੌਜਵਾਨ ਜਿਹੜੇ ਨੇ ਸਾਰੇ ਈਸਟ ਕੋਸਟ ਤੋਂ ਪਹੁੰਚੇ, ਉਹਦੇ 'ਤੇ ਕਿਵੇਂ ਚੀਕਾਂ ਮਾਰੀਆਂ ਇੰਡੀਅਨ ਐਮਬੈਸੀ ਨੇ ਸਟੇਟ ਡਿਪਾਰਟਮੈਂਟ ਨੂੰ, ਦੂਜਾ ਕਿ ਉਹ ਉੱਥੇ ਮੋਹਨਦਾਸ ਕਰਮਚੰਦ ਗਾਂਧੀ ਦਾ ਬੁੱਤ ਲੱਗਾ ਹੋਇਆ ਕਿ ਉਹਦੇ ਸਿਰ 'ਤੇ ਕੀ ਪਾ ਦਿੱਤਾ, ਉਹਨੂੰ ਕੀ ਕਰਤਾ, ਉਹਨੂੰ ਵੈਂਡਲਾਈਜ਼ ਬਣਾ ਦਿੱਤਾ, ਕਹਿ ਰਹੇ ਨੇ ਜੀ ਉਹ ਟਰੰਪ ਦਾ ਤੁਸੀਂ ਫਲਾਣਾ ਆਰਡਰ ਜਿਹੜਾ ਉਹਨੇ ਕਿਹਾ ਵੈਂਡਲਾਈਜ਼ 10 ਸਾਲ ਦੀ ਸਜ਼ਾ ਵਾਲਾ ਉਹ ਕੱਢੋ, ਔਰ ਜਿਹੜੇ ਔਰਗੇਨਾਈਜ਼ਰ ਨੇ ਕਿ ਸਪੋਰਟਿੰਗ ਫਾਰਮਰਸ ਉਹਨਾਂ ਦੀ ਸਾਡੇ ਕੋਲ ਪ੍ਰੈਸ ਰਿਲੀਜ਼ ਹੈ, ਅਸੀਂ ਇੱਕ ਸੈਗਮੈਂਟ ਜ਼ਿਕਰ ਕਰਾਂਗੇ, ਉਹਨੂੰ ਆਧਾਰ ਬਣਾ ਕੇ ਅਮਿਤ ਸ਼ਾਹ ਚੀਕਿਆ ਪੰਜਾਬ 'ਚ ਬਰੀਫਿੰਗ ਲਾ ਕੇ ਜੀ ਇਹ ਜਿਹੜਾ ਵੈਂਡਲਾਈਜ਼ ਹੋਇਆ ਇਹ ਖਾਲਿਸਤਾਨ ਦੀ ਮੂਵਮੈਂਟ 'ਤੇ ਨਹੀਂ ਦੁਬਾਰਾ ਖੜੀ ਹੋ ਰਹੀ। ਸੋ ਉਹ ਆਪਣੀਆਂ ਖੇਡਾਂ ਖੇਡ ਰਹੇ ਨੇ, ਔਰ ਇਸ ਸਾਰੇ ਦੇ ਵਿੱਚ ਈਵਨ ਇਸ ਹੱਦ ਤੱਕ ਤੁਸੀਂ ਦੇਖੋ, ਹੁਣ ਬਹੁਤ ਵਾਰ ਇਹ ਲੱਗਦਾ ਵੀ ਪਤਾ ਨਹੀਂ ਇਹ ਕਿਸਾਨਾਂ ਦੇ 3 ਜਿਹੜਾ ਉਹ ਕਾਨੂੰਨਾਂ ਤੱਕ ਗੱਲ ਹੈ, ਗੱਲ ਬਹੁਤ ਅੱਗੇ ਹੈ, ਸਾਨੂੰ ਪਤਾ ਨਾ ਹੋਏ ਵੀ ਅਸੀਂ ਕਾਹਦੇ ਲਈ ਲੜ ਰਹੇ ਹਾਂ, ਕਿ ਸਾਡੀ ਲੜਾਈ ਅਲਟੀਮੇਟਲੀ ਖਾਲਿਸਤਾਨ ਦੀ ਲੜਾਈ ਹੈ, ਦੁਸ਼ਮਣ ਸਾਡਾ ਬਹੁਤ ਚੰਗੀ ਤਰ੍ਹਾਂ ਸਮਝਦਾ। ਹੁਣ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹੜਾ ਮੋਦੀ ਦੇ ਸਿਰ 'ਚ ਕੋਈ ਗੁਰਜ ਮਾਰ ਦਿੱਤਾ ਹੈ ਕਿ ਵੀ ਉਹਦਾ ਸਿਰ ਫਟ ਗਿਆ, ਚੀਕਾਂ ਮਾਰ ਰਹੇ ਨੇ। ਹੁਣ ਉਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਇਹ ਜਿਹੜਾ ਅਸੀਂ ਜ਼ੁਲਮ ਕਰਕੇ ਸਿੱਖਾਂ ਨੂੰ ਪਹਿਲਾਂ ਜੋ 3 ਦਹਾਕਿਆਂ ਤੋਂ ਕੀਤਾ, ਹੁਣ ਤਾਂ ਅਜੇ ਇਸ਼ੂ ਹੀ ਅਜੇ ਸ਼ੁਰੂ ਹੋਇਆ ਅਤੇ ਇੰਨੀ ਵੱਡੀ ਸਪੋਰਟ ਖੜੀ ਕਰ ਲਈ ਹੈ। ਅੱਜ 22 ਐਕਸ ਐਂਬੈਸਡਰ ਇੰਡੀਆ ਦੇ ਜਿਹੜੇ ਐਂਬੈਸਡਰ ਰਹੇ ਦੁਨੀਆ 'ਚ 22, ਉਹਨਾਂ ਨੇ ਜਿਹੜਾ ਉਹ ਜਸਟਿਨ ਟਰੂਡੋ ਨੂੰ ਲਿਖਿਆ ਕਿ ਜੀ ਇਹ ਤੁਹਾਨੂੰ ਕੋਈ ਜਿਹੜਾ ਉਹ ਸਾਡੇ ਮਾਮਲਿਆਂ 'ਚ ਇੰਟਰਫੀਅਰ ਕਰਨ ਦਾ ਹੱਕ ਨਹੀਂ ਹੈ। ਉਹਨਾਂ ਨੇ ਕਿਹਾ ਵੀ ਇਹ ਸਾਰਾ ਦੇਖੋ ਕੈਨੇਡਾ ਦੇ ਵਿੱਚ ਗੁਰਦੁਆਰਿਆਂ ਦਾ ਕੰਟਰੋਲ ਜਿਹੜਾ ਉਹ ਖਾਲਿਸਤਾਨੀਆਂ ਕੋਲ ਆ ਗਿਆ, ਔਰ ਇਹ ਖਾਲਿਸਤਾਨੀ ਔਰ ਪਾਕਿਸਤਾਨੀ ਨੈਕਸਸ ਹੈ, ਪਾਕਿਸਤਾਨੀ ਡਿਪਲੋਮੈਟ ਆ ਕੇ ਜਿਹੜਾ ਉਹ ਜਿਹੜੇ ਸਿੱਖਾਂ ਦੇ ਫੰਕਸ਼ਨ 'ਚ ਬੋਲਦੇ ਨੇ, ਔਰ ਉਹਨਾਂ ਨੇ ਇਹ ਸਾਰੇ ਨੂੰ ਇੰਨਾ ਵੱਡਾ ਇਸ਼ੂ ਜੇ 22 ਐਂਬੈਸਡਰ ਇਕੱਠੇ ਕਰ, ਉਹਨਾਂ 22 ਐਂਬੈਸਡਰਾਂ ਨੂੰ 5 ਲੱਖ ਬੰਦਾ ਜਿਹਨਾਂ 'ਚ ਬੀਬੀਆਂ ਨੇ ਬੱਚੇ ਨੇ ਉਹ ਲੋਕ ਜਿਹਨਾਂ ਨੂੰ ਠੀਕ ਕਿਹਾ ਕਿਸੇ ਨੇ ਕਿ ਵੀ ਜੇ ਅਸੀਂ ਭਾਰਤ ਲਈ ਮਰੀਏ ਤੇ ਸ਼ਹੀਦ ਤੁਹਾਡੇ ਹਿੰਦੂਆਂ ਲਈ ਮਰੀਏ ਤੇ ਫਰਿਸ਼ਤੇ, ਤੇ ਜੇ ਆਪਣੇ ਹੱਕਾਂ ਲਈ ਖਲੋਈਏ ਤੇ ਆਤੰਕਵਾਦੀ। ਕਿ ਬਈ ਇਹਨਾਂ 22 ਐਂਬੈਸਡਰਾਂ ਨੂੰ ਇਹ ਨਜ਼ਰ ਨਹੀਂ ਆਇਆ ਕਿ ਬਈ ਉੱਥੇ ਕੀ ਹੋ ਰਿਹਾ, ਪਰ ਇਹ ਕਿਉਂਕਿ ਇੰਟਰਨੈਸ਼ਨਲੀ ਲੜਾਈ ਲੜਨ ਦੀ ਤਿਆਰੀ ਕਰ ਰਹੇ ਨੇ, ਇਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਬਈ ਇਹ ਗੱਲ ਹੁਣ ਰੁਕਣੀ ਨਹੀਂ ਹੈ। ਔਰ ਬੇਸ਼ੱਕ ਸਾਡਾ ਇੱਕ ਤਬਕਾ, ਜਿਵੇਂ ਮੈਂ ਲੀਡਰਸ਼ਿਪ ਦੇ ਹਵਾਲੇ ਨਾਲ ਗੱਲ ਕੀਤੀ ਹੈ, ਉੱਥੇ ਬੈਠਾ ਕੋਈ ਰਾਜੇਵਾਲ ਹੈ, ਕੋਈ ਉਗਰ ਸੈਨ ਹੈ, ਉਗਰਾਹਾਂ ਇੱਕ ਉਹਨਾਂ ਦਾ ਜਿਹੜਾ ਉਹ ਆਪਣਾ ਲੱਗਾ ਹੋਇਆ, ਇੱਧਰ ਜਿਹੜਾ ਉਹਨੂੰ ਲੱਗਾ, ਹਾਲਾਂ ਹੁਣ ਜਦੋਂ ਇੰਨਾ ਰਿਐਕਟ ਕੀਤਾ ਬਾਹਰਿਆਂ ਨੇ, ਕਿਉਂਕਿ ਇਹਨੇ ਜਿਹੜਾ ਰਾਜੇਵਾਲ ਨੇ ਸਟੇਜ ਤੋਂ ਕਿਹਾ ਦੇਖੋ ਇਹ ਝੰਡੇ ਨਾ ਰੱਖੋ ਜਿਹੜੇ ਕਿ ਜਿਹੜੇ ਨੇ, ਕਿਉਂਕਿ ਇਹਦੇ ਨਾਲ ਇਹ ਸਾਨੂੰ ਘੇਰ ਰਹੇ ਨੇ, ਔਰ ਨਾਰੇ ਨਾ ਲਾਓ, ਇਹ ਨਾ ਕਰੋ, ਔਰ
ਨਿਹੰਗ ਸਿੰਘਾਂ ਨੂੰ ਵੀ ਕਿਹਾ ਜੀ ਤੁਸੀਂ ਵਾਪਸ ਜਾਓ, ਲੋੜ ਹੋਏਗੀ ਤੁਹਾਨੂੰ ਸੱਦ ਲਾਂਗੇ। ਨਿਹੰਗਾਂ ਨੇ ਤਾਂ ਫਿਰ ਨਿਹੰਗ ਸਟਾਈਲ 'ਚ ਜਵਾਬ ਦਿੱਤਾ, ਅਸੀਂ ਪਾਤਸ਼ਾਹ ਦੇ ਹੁਕਮ ਨਾਲ ਆਏ, ਤੇਰੇ ਕਹਿਣ ਤੇ ਨਹੀਂ ਆਏ, ਜਦੋਂ ਪਾਤਸ਼ਾਹ ਦਾ ਹੁਕਮ ਹੋਏਗਾ ਫਿਰ ਦੇਖਾਂਗੇ। ਸੋ ਉਹ ਤਾਂ ਉਹਨਾਂ ਦਾ ਤਾਂ ਅੰਦਾਜ਼ ਹੀ ਇਹ ਹੈ ਨਾ, ਉਹ ਤਾਂ ਉਹਨਾਂ ਨੇ ਦਿੱਤਾ ਹੀ ਹੈ। ਲੇਕਿਨ ਇਸ ਗੱਲ ਦਾ ਇੰਨਾ ਰਿਐਕਟ ਕੀਤਾ ਗਿਆ ਔਰ ਕਰਨਾ ਵੀ ਬਣਦਾ ਸੀ ਕਿ ਉਹ ਹੁਣ ਮਾਫ਼ੀ 'ਤੇ ਉੱਤਰ ਆਇਆ। ਹੁਣ ਤਾਂ ਉਹ ਜਿਵੇਂ ਰਾਹੁਲ ਗਾਂਧੀ ਨੂੰ ਜਦੋਂ ਕੋਈ ਇਟਲੀ ਦੀ ਉਸ ਸੋਨੀਆ ਕੈਥੋਲਿਕ ਦਾ ਕੋਈ ਪੁੱਤਰ ਕਹਿੰਦਾ ਸੀ ਤਾਂ ਉਹਨੇ ਕਮੀਜ਼ ਚੁੱਕ ਕੇ ਦਿਖਾਈ, ਮੈਂ ਤਾਂ ਜਨੇਊ ਪਾਇਆ ਹੋਇਆ। ਔਰ ਹੁਣ ਉਹ ਰਾਜੇਵਾਲ ਵੀ ਕਹਿੰਦਾ ਜੀ ਮੈਂ ਤਾਂ ਅੰਮ੍ਰਿਤਧਾਰੀ ਸਿੱਖ ਹੈ, ਮੈਂ ਤਾਂ ਪੰਜ ਬਾਣੀਆਂ ਦਾ ਪਾਠ ਕਰਕੇ ਘਰੋਂ ਨਿਕਲਦਾ। ਵੀ ਜੇ ਤੂੰ ਸਿੱਖ ਹੈ ਜ਼ਰੂਰ ਹੈ, ਅੰਮ੍ਰਿਤਧਾਰੀ ਹੋਏਗਾ, ਪੰਜ ਬਾਣੀਆਂ ਵੀ ਕਰਦਾ ਹੋਏਗਾ, ਤੇ ਤੈਨੂੰ ਇਹ ਨਿਸ਼ਾਨ ਸਾਹਿਬ ਦੀ ਅਹਿਮੀਅਤ ਤਾਂ ਨਹੀਂ ਪਤਾ? ਇਹ ਤਾਂ ਸਾਡਾ ਬੇਸ ਹੈ। ਔਰ ਠੀਕ ਕਿਹਾ ਉਹਨਾਂ ਨੇ ਕਿ ਵੀ ਉਹੀ ਤੁਹਾਡਾ ਰਾਜਨਾਥ ਸਿੰਘ ਲੱਦਾਖ ਬਾਰਡਰ ਤੇ ਜਾਂਦਾ ਹੈ, ਸਿੱਖ ਰੈਜੀਮੈਂਟ ਦੇ ਜਵਾਨਾਂ ਦੇ ਸਾਹਮਣੇ ਜਾ ਕੇ ਬੋਲੇ ਸੋਨੇ ਹਾਲ ਕਰ ਰਿਹਾ ਉਹਨਾਂ ਤੋਂ। ਹੁਣ ਸਿੱਖ ਰੈਜੀਮੈਂਟਾਂ ਜਿਹੜੀਆਂ ਮਾਰਚ ਹੀ ਕਰਦੀਆਂ ਨੇ ਫਲੈਗ ਦੇ ਨਾਲ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੁੰਦੇ ਨੇ। ਔਰ ਜਿਹੜਾ ਸਾਡਾ ਆਧਾਰ ਹੈ, ਜਿਹਦੇ 'ਤੇ ਬੇਸ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਸਾਜ 'ਤੇ ਦੀਵਾਨ ਰਹੇ ਪੰਥ ਮਹਾਰਾਜ ਕੇ, ਮੀਰੀ 'ਤੇ ਪੀਰੀ ਇਨਸੈਪਰੇਬਲ ਹੈ। ਪੰਜਾਬ ਦੀ ਫਿਜ਼ਾ 'ਚੋਂ ਜਾਂ ਇਸ ਇੰਡੀਅਨ ਆਕੂਪਾਈਡ ਪੰਜਾਬ 'ਚ ਜੇ ਅੱਜ ਕੋਈ ਤਰੰਗ ਹੈ ਜਿਹਨੇ ਸਾਰੇ ਧਰਤੀ ਦੇ ਜਾਇਆਂ ਨੂੰ ਇਕੱਠੇ ਕਰ ਦਿੱਤਾ, ਔਰ ਜਿਹੜੀ ਸਪਿਰਿਟ ਦੇ ਨਾਲ ਇਹ ਲੰਗਰ ਤੁਹਾਡੇ ਲੈਨਿਨ ਨੇ ਲਾਏ ਸੀ ਕਿ ਕਾਰਲ ਮਾਰਕਸ ਨੇ ਲਾਏ ਸੀ, ਜਿਹਨਾਂ ਦੇ ਤੁਸੀਂ ਪੁੱਤਰ ਬਣਨ ਦੀ ਕੋਸ਼ਿਸ਼ ਕਰਦੇ ਹੋ, ਜਾਂ ਤਾਂ ਸ਼ਕਲਾਂ ਬਣਾ ਲਓ ਲੈਨਿਨ ਮਾਰਕਸ ਵਰਗੀਆਂ। ਇਹ ਤੁਸੀਂ ਜਿਹੜੇ ਭੇਡਾਂ ਜਿਹੜੀਆਂ ਨੇ ਜੇ ਉਹ ਸ਼ੇਰਾਂ ਦੀ ਖੱਲ ਪਾ ਕੇ ਸਮਝਣ ਕਿ ਉਹ ਸ਼ੇਰ ਬਣ ਗਏ, ਸ਼ੇਰ ਤਾਂ ਨਹੀਂ ਬਣ ਜਾਂਦੇ। ਸੋ ਇਹ ਕ੍ਰਾਈਸਿਸ ਮੈਨੂੰ ਲੱਗ ਰਿਹਾ ਵੀ ਇੱਕ ਪਾਸੇ ਤਾਂ ਹਕੂਮਤ ਆਪਣੇ ਅੰਦਾਜ਼ 'ਚ ਲੱਗੀ ਹੋਈ ਹੈ, ਫਿਰ ਹੁਣ ਇਹ ਹੋ ਗਿਆ ਜੀ ਭੁੱਖ ਹੜਤਾਲ। ਔਰ ਇਹ ਵੀ ਖਬਰਾਂ ਨੇ ਕਿ ਜੀ ਕਿਵੇਂ ਇੱਕ ਪਾਸੇ ਭੁੱਖ ਹੜਤਾਲ ਹੋਈ, ਉਹਨਾਂ ਨੇ ਰੱਖਿਆ ਸਵੇਰ ਤੋਂ, ਪਰ ਅਰਦਾਸ ਕਰਕੇ ਉਹਦਾ ਜਿਹੜਾ ਕੀਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦੇਗ ਵੀ ਵਰਤਾਈ ਹੋਏਗੀ। ਸੋ ਇਹ ਜਿਹੜਾ ਕਨਫਿਊਜ਼ਨ ਹੈ ਇਹ ਅਲਟੀਮੇਟਲੀ ਇਹ ਨਾ ਹੋਏ ਕਿ ਅਸੀਂ ਜਿੱਤੀ ਬਾਜ਼ੀ ਹਾਰੀਏ। ਸਾਰੀ ਉਸ ਧਰਤੀ ਦਾ ਜੋ ਅੱਜ ਹੈ ਉਸ ਦਾ ਆਧਾਰ ਬਾਬਾ ਗੁਰੂ ਨਾਨਕ ਦੀ ਫਿਲਾਸਫੀ ਹੈ। ਜ਼ੁਲਮ ਦੇ ਨਾਲ ਟੱਕਰ ਲੈਣ ਦੀ ਗੱਲ ਵੀ ਉੱਥੋਂ ਆਉਂਦੀ, ਐਵੇਂ ਨਹੀਂ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਕਿ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਲ। ਔਰ ਅੱਜ ਜਿਸ ਤੇਜ਼ੀ ਦੇ ਨਾਲ ਦੁਨੀਆ ਭਰ ਦੇ ਵਿੱਚ ਇਹ ਮੂਵਮੈਂਟ ਦਾ, ਮੈਂ ਹਾਲਾਂ ਬਹੁਤ ਸਾਰਾ ਖਬਰਾਂ ਕੱਢੀਆਂ ਹੋਈਆਂ ਸੀ, ਬਰਮਿੰਗਮ, ਫਰੈਂਕਫਰਟ, ਕੈਮਲੂਪਸ, ਕੈਨੇਡਾ 'ਚ, ਜਨੀਵਾ, ਯੂਨਾਈਟਿਡ ਨੇਸ਼ਨ ਜਿੱਥੇ ਹਿਊਮਨ ਰਾਈਟ ਕੌਂਸਲ ਦਾ, ਉਹਦੇ ਬਾਹਰ ਪ੍ਰੋਟੈਸਟ, ਔਰ ਕੈਨੇਡਾ ਦੀ ਇੱਕੋ ਇੱਕ ਫਾਰਮਰ ਯੂਨੀਅਨ ਹੈ, ਨੈਸ਼ਨਲ ਫਾਰਮਰਸ ਯੂਨੀਅਨ, ਉਹਨਾਂ ਨੇ ਸਪੋਰਟ ਥਰੋ ਕੀਤੀ ਹੈ। ਔਰ ਇੱਥੇ ਵੀਕਐਂਡ ਦੇ ਉੱਤੇ ਕਾਰਟਰੇਟ 'ਚ, ਔਰ ਜਿਵੇਂ ਜਿੰਨਾ ਵੱਡੀ ਟਰੱਕ ਰੈਲੀ ਹੋਈ ਔਰ ਸਾਰਾ ਨਿਊ ਜਰਸੀ ਔਰ ਇੱਧਰ ਉੱਧਰ ਜਿਹੜਾ ਇੰਨੀ ਵੱਡੀ ਪਾਰਟੀਸਪੇਸ਼ਨ, ਔਰ ਡੀ ਸੀ ਦੀ ਰੈਲੀ ਦੀ ਗੱਲ ਅਸੀਂ ਦਰਸ਼ਕ ਦੇਖ ਸਕਦੇ ਨੇ, ਕੁਛ ਪਿਕਚਰ ਸ਼ਾਰਟ ਸਾਡੀ ਟੈਕਨੀਕਲ ਟੀਮ ਦਿਖਾ ਰਹੀ ਹੈ। ਲੇਕਿਨ ਕਿਉਂਕਿ ਉਸ ਰੈਲੀ ਨੇ ਜਿੱਥੇ ਇੰਡੀਅਨ ਗਵਰਨਮੈਂਟ ਨੂੰ ਰੈਟਲ ਕੀਤਾ ਹੈ ਜਾਂ ਉਹਨੂੰ ਆਧਾਰ ਬਣਾ ਕੇ ਉਹਨਾਂ ਨੇ ਆਪਣੀ ਡਰਾਮੇਬਾਜ਼ੀ ਕੀਤੀ ਹੈ, ਕਿਉਂਕਿ ਜਿਹੜੀ ਵਾਸ਼ਿੰਗਟਨ ਰੈਲੀ ਜਿੱਥੇ ਪੂਰੀ ਤਰ੍ਹਾਂ ਪੀਸਫੁੱਲ ਸੀ, ਹਜ਼ਾਰਾਂ ਨੌਜਵਾਨਾਂ ਦੀ ਪਾਰਟੀਸਪੇਸ਼ਨ ਸੀ, ਉੱਥੇ ਜਿਹੜੀ ਉਹਦੀ ਲੀਡਿੰਗ ਲਾਈਟ ਸੀ ਉਹ ਪੰਜ ਖਾਲਿਸਤਾਨ ਦੇ ਝੰਡੇ ਸੀ। ਔਰ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਕੁਛ ਲੋਕ ਜਿਹਨਾਂ ਨੂੰ ਇਹ ਜਿਹੜਾ ਉਹ ਕੇਸਰੀ ਰੰਗ ਨਾਲ ਹੀ ਕਈਆਂ ਨੂੰ ਜਿਹੜਾ ਜਾਂ ਖਾਲਿਸਤਾਨ ਲਫ਼ਜ਼ ਨਾਲ ਕੰਬਣੀ ਵੀ ਗਸ਼ ਪੈ ਜਾਂਦੇ, ਅਤੇ ਉਹਨਾਂ ਨੇ ਔਰਗਨਾਈਜ਼ਰ ਯੰਗਸਟਰਸ ਨਾਲ ਮੇਰੀ ਗੱਲ ਹੋਈ, ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਜੀ ਤੁਸੀਂ ਲਿਆਓ ਆਪਣਾ ਝੰਡਾ ਜੇ ਤੁਹਾਡਾ ਕੋਈ, ਤੁਸੀਂ ਹਰੇ ਲਿਆਂਦਾ ਹੀ ਨੇ, ਕਿ ਬਈ ਇਹ ਜਦੋਂ ਡਿਫਰੈਂਟ ਪਰਸਪੈਕਟਿਵ ਤੋਂ ਸਪੋਰਟ ਹੈ ਕਿ ਭਾਈ ਜਦੋਂ ਮਿਸਲਾਂ ਵੀ ਜੁੜਦੀਆਂ ਸੀ ਮਿਸਲਾਂ ਦੇ ਆਪਣੇ ਝੰਡੇ ਸੀ, ਸੋ ਇਹ ਆਰਗਨਾਈਜੇਸ਼ਨਸ ਨੇ ਉਹਨਾਂ ਦੇ ਆਪਣੇ ਝੰਡੇ ਨੇ, ਔਰ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ, ਬੇਸ਼ੱਕ ਇਹਨੂੰ ਅਸੀਂ ਫਾਰਮਰਸ ਦੇ ਥੱਲੇ ਕਰ ਰਹੇ ਹਾਂ। ਔਰ ਇਹੀ ਗੱਲ ANI ਜਿਹੜੀ ਉਹਨਾਂ ਦੀ ਫਰੰਟ ਆਰਗਨਾਈਜੇਸ਼ਨ ਹੈ ਇੰਡੀਅਨ ਰਾਅ ਦੀ, ਉਹਦੇ ਨਾਲ ਇੱਕ ਯੰਗਸਟਰ ਨੇ ਇੰਟਰਵਿਊ ਦਿੰਦਿਆਂ ਵੀ ਕਿਹਾ, ਉਹਨਾਂ ਨੇ ਕਿਹਾ ਵੀ ਪ੍ਰੋਬਲਮ ਕੀ ਹੈ, ਉਹਨਾਂ ਨੇ ਕਿਹਾ ਜੀ ਇਹ ਸਾਡੀ ਇੱਕ ਡਿਮਾਂਡ ਹੈ ਔਰ ਇਹ ਅਲਟੀਮੇਟਲੀ ਸਾਡਾ ਪਾਰਟ ਹੈ। ਗਾਂਧੀ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਵੀ ਇਹ ਬਲੈਕ ਲਾਈਵਸ ਮੈਟਰ ਵੇਲੇ ਕਿਹੜਾ ਉਹਦਾ ਉਹਦੇ ਉਹਨੂੰ ਉਹਨਾਂ ਨੇ ਪੇਂਟ ਨਹੀਂ ਕੀਤਾ ਜਾਂ ਉਹਦੇ ਬੁੱਤ 'ਤੇ ਵਾਸ਼ਿੰਗਟਨ 'ਚ ਲਿਖਿਆ ਸੀ ਕਿ ਰੇਸਿਸਟ ਐਂਡ ਰੇਪਿਸਟ, ਉਹ ਕਹਿੰਦੇ ਜੀ ਦੱਸੋ ਇਹਨਾਂ 'ਚੋਂ ਕਿਹੜੀ ਗੱਲ ਗਲਤ ਹੈ, ਉਹਦਾ ਸਾਊਥ ਅਫਰੀਕਾ ਦਾ ਰਿਕਾਰਡ ਦੇਖ ਲਓ ਅਤੇ ਰੇਪਿਸਟ ਪੈਡੋਫਾਈਲ ਸੀ ਕੀ ਕਰਦਾ ਰਿਹਾ,
ਉਹਦਾ ਦੇਖ ਲਓ ਜਿਹੜੇ ਸਾਰੇ ਆ, ਫਿਰ ਇਹਦੇ 'ਚ ਗਲਤ ਕੀ ਹੈ? ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਐਜੂਕੇਸ਼ਨ ਵੀ ਹੋ ਰਹੀ ਹੈ ਕਿ ਵੀ ਇਹਨਾਂ ਨੇ ਤਾਂ ਗਾਂਧੀ ਨੂੰ ਬੁੱਧ ਤੋਂ ਬਾਅਦ ਅਤੇ ਜੀਸਸ ਤੋਂ ਬਾਅਦ ਬਣਾ ਕੇ ਰੱਖਿਆ ਸੀ ਕਿ ਵੀ ਐਪੋਸਟਲ ਆਫ ਪੀਸ। ਹੁਣ ਇਹ ਵੀ ਸਿੱਖਾਂ ਦਾ ਹਿੱਸੇ ਆਇਆ ਵੀ ਅਸੀਂ ਇਹੀ ਨਹੀਂ ਕਿ ਇਹ ਇਕੱਲੀ ਫਾਰਮਰਸ ਦੀ ਗੱਲ ਹੈ, ਅਸੀਂ ਇਹਨਾਂ ਦਾ ਨੈਰੇਟਿਵ ਵੀ ਤੋੜ ਰਹੇ ਹਾਂ ਜਿਸ ਝੂਠ ਦੀ ਬਿਨਾ 'ਤੇ ਇਹਨਾਂ ਨੇ ਸਾਰਾ ਕੁਛ ਖੜਾ ਕੀਤਾ ਹੋਇਆ। ਔਰ ਇਸ ਸਾਰੇ ਦੇ ਨਾਲ ਨਾਲ ਮੈਂ ਕਲੋਜ਼ਿੰਗ ਤੋਂ ਪਹਿਲਾਂ, ਕਿਉਂਕਿ ਬਹੁਤ ਸਾਰੀਆਂ ਖਬਰਾਂ ਨੇ ਕਿ ਕਿਵੇਂ ਜੈਪੁਰ ਬਾਰਡਰ 'ਤੇ ਰੋਕਿਆ ਹੋਇਆ ਔਰ ਸੁਪਰੀਮ ਕੋਰਟ ਨੇ 16 ਦਸੰਬਰ ਨੂੰ ਇਸ ਦੇ ਉੱਤੇ ਸੁਣਵਾਈ ਕਰਨੀ ਹੈ ਕਿ ਬਈ ਰਿਮੂਵਲ ਆਫ ਫਾਰਮਰਸ ਪ੍ਰੋਟੈਸਟਿੰਗ ਐਟ ਡੈਲੀ ਬਾਰਡਰ, ਔਰ ਕਿਸਾਨਾਂ ਨੇ ਜੈਪੁਰ ਦਿੱਲੀ ਹਾਈਵੇ ਰਾਜਸਥਾਨ ਦੇ ਅਲਵਰ ਏਰੀਆ ਦੇ ਵਿੱਚ ਬਲੋਕ ਕੀਤਾ ਹੋਇਆ, ਔਰ ਇਸ ਸਾਰੇ ਦੇ ਨਾਲ ਨਾਲ ਜਿਹੜਾ ਟ੍ਰੇਨ ਜੈਮ ਪੈਕਡ ਐਜ਼ ਪੰਜਾਬ ਫਾਰਮਰਸ ਲੀਵ ਫਾਰ ਡੈਲੀ, ਹੁਣ ਕਿਉਂਕਿ ਰਾਹ 'ਚ ਲੰਬੇ ਕਈ ਕਈ ਮੀਲ ਦੀਆਂ ਲਾਈਨਾਂ ਨੇ ਉਹ ਰੋਕਿਆ ਵੀ ਜਾ ਰਿਹਾ, ਹੁਣ ਉਹ ਟ੍ਰੇਨਾਂ 'ਤੇ ਆ ਰਹੇ ਨੇ, ਔਰ ਬਾਕੀ ਸਿਆਸੀ ਲੋਕ ਵੀ, ਕੇਜਰੀਵਾਲ ਵੀ ਆ ਕੇ ਭੁੱਖ ਹੜਤਾਲ 'ਤੇ ਬੈਠਾ, ਸ਼ਸ਼ੀ ਥਰੂਰ ਜੁਆਇੰਸ ਪ੍ਰੋਟੈਸਟਿੰਗ ਪੰਜਾਬ ਐਮ ਪੀਜ਼ ਐਟ ਜੰਤਰ ਮੰਤਰ, ਔਰ ਇਹ ਫਾਰਮਰਸ ਨੇ ਬੜਾ ਕਲੀਅਰਲੀ ਕਿਹਾ ਕਿ ਬਈ ਵੀ ਹੈਵ ਨੋ ਟਰੱਸਟ ਇਨ ਦਾ ਸਿਸਟਮ, ਔਰ ਉੱਧਰੋਂ ਉਹਨਾਂ ਨੇ ਇਸ ਕਿਸਮ ਦੇ ਫਾਰਮਰ ਵੀ ਕੱਢੇ ਨੇ ਜਿਹੜੇ ਕਹਿ ਰਹੇ ਨੇ ਕਿ ਜੀ ਇਹ ਜਿਹੜਾ ਅਸੀਂ ਇਹਨਾਂ ਨੂੰ ਸਪੋਰਟ ਕਰਦੇ ਹਾਂ, ਔਰ ਇਸ ਸਾਰੇ ਦੇ ਨਾਲ ਦਿੱਲੀ ਚਲੋ ਦੀ ਜਿਹੜੀ ਆਵਾਜ਼ ਹੈ ਉਹ ਚਾਰ ਚੁਫੇਰੇ ਜਿਹੜੀ ਹੈ ਇਸ ਵੇਲੇ ਪ੍ਰਬਲ ਹੈ। ਮੈਂ ਅਦਰਵਾਈਜ਼ ਇੱਕ ਮੈਂ ਨਜ਼ਮ ਸ਼ੇਅਰ ਕਰਨੀ ਚਾਹੁੰਦਾ ਸੀ ਪਰ ਮੈਂ ਘੜੀ ਵੱਲ ਦੇਖ ਰਿਹਾ ਕਿ ਆਲਰੇਡੀ ਅਸੀਂ ਆਪਣਾ ਸੈਗਮੈਂਟ ਦਾ ਟਾਈਮ ਕਾਫੀ ਲੈ ਲਿਆ, ਔਰ ਇਹ ਵੀ ਨਜ਼ਰ ਆਇਆ ਵੀ ਬਹੁਤ ਸਾਰਿਆਂ ਦੀ ਤਾਂ ਅਟੈਂਸ਼ਨ ਸਪੈਨ ਵੀ ਨਹੀਂ ਹੈ, ਲੇਕਿਨ ਸਾਨੂੰ ਹੁਣ ਜਦੋਂ ਮਾਈਕ ਦੇ ਸਾਹਮਣੇ ਖਲੋ ਕੇ ਬੋਲਣ ਦੀ ਆਦਤ ਹੋਏ ਤਾਂ ਘੜੀ ਦਾ ਮੂੰਹ ਪੁੱਛ ਪਾਸੇ ਕਰ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਅਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ ਔਰ TV84 ਹੱਕ ਸੱਚ ਇਨਸਾਫ਼ ਦੀ ਜਿਹੜੀ ਆਵਾਜ਼ ਆ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ TV84 ਦੁਨੀਆ ਭਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੇ ਸਾਂਝੀ ਵਾਲਤਾ ਦੇ ਫਲਸਫੇ ਨੂੰ ਜੋ ਪ੍ਰਚਾਰ ਅਤੇ ਪ੍ਰਸਾਰ ਰਿਹਾ। ਸੋ TV84 ਤੁਹਾਡੀ ਜਿਹੜੀ ਡੋਨੇਸ਼ਨ ਹੈ ਉਸ ਦੀ ਹੱਕਦਾਰ ਹੈ। ਸੋ TV84 ਨੂੰ ਚਲਾਉਣ ਵਾਲੀ ਮਦਰ ਔਰਗਨਾਈਜੇਸ਼ਨ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨੋਟ ਫੋਰ ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗਨਾਈਜੇਸ਼ਨ ਹੈ। ਸੋ ਇਸ ਨੂੰ ਦਿੱਤੀ ਗਈ ਇੱਕ ਇੱਕ ਤੁਹਾਡੇ ਦੁਆਰਾ ਜਿਹੜੀ ਇਹ ਪੈਨੀ ਹੈ ਪਾਈ ਹੈ ਉਹ ਟੈਕਸ ਡਿਡਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਵਿਊਅਰਸ ਤੁਸੀਂ TV84 ਦੀ ਐਪ 'ਤੇ ਜਾ ਕੇ ਜਾਂ ਫਿਰ TV84.tv 'ਤੇ ਜਾ ਕੇ ਡੋਨੇਟ ਦੇ ਜਿਹੜੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਜਿਹੜੀ ਡੋਨੇਸ਼ਨ ਹੈ ਉਸ ਨੂੰ ਆਟੋਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਸੋ ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਪੇਪਲ ਦੀ ਵਰਤੋਂ ਵੀ ਤੁਸੀਂ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5166191984। ਤੁਸੀਂ ਸਾਨੂੰ ਈਮੇਲ ਰਾਹੀਂ ਵੀ ਤੁਸੀਂ ਭੇਜ ਸਕਦੇ ਹੋ। ਸਾਡੀ ਈਮੇਲ ਐਡਰੈਸ ਹੈ spot@tv84.tv 'ਤੇ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।